107 FM ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਅੱਜ ਬੁੱਧਵਾਰ ਹੈ ਜੀ, 12 ਦਸੰਬਰ, ਤੇ ਸਮਾਂ ਸਾਡੇ ਕੋਲ ਹੋਇਆ 6:01। ਆਪਾਂ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਹੁਣ ਤੋਂ ਲੈ ਕੇ 9 ਵਜੇ ਤੱਕ ਰਹਾਂਗੇ ਤੁਹਾਡੇ ਨਾਲ ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਸਟੂਡੀਓ 'ਚ ਮੈਂ ਹਰਨੇਕ ਸਿੰਘ ਅਤੇ ਨਾਲ ਮੇਰੇ ਗੁਰਪ੍ਰੀਤ ਸਿੰਘ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ 3 ਘੰਟੇ ਹੋਣਾ ਜੀ, 3 ਘੰਟੇ ਦੌਰਾਨ ਜੇ ਕੋਈ ਗੱਲਬਾਤ ਤੁਸੀਂ ਵੀ ਆਪਣੀ ਕਰਨੀ ਹੋਈ ਤਾਂ ਮੋਸਟ ਵੈਲਕਮ, ਸਾਡੇ ਸਟੂਡੀਓ ਦੇ ਨੰਬਰਾਂ ਦੇ ਉੱਤੇ ਜਾਂ ਵਟਸਐਪ ਵਾਲੇ ਨੰਬਰਾਂ 'ਤੇ ਫੋਨ ਕਰਕੇ ਕਰ ਸਕਦੇ ਹਾਂ, ਅਤੇ ਨਹੀਂ ਤਾਂ ਫਿਰ ਅਸੀਂ ਤਾਂ ਆਪਣੀਆਂ ਗੱਲਾਂ ਕਰੀ ਜਾਣੀਆਂ ਜਿੰਨਾ ਚਿਰ ਸਾਡੇ ਕੋਲ ਇੱਥੇ ਹੋਣਾ ਹੈ। ਠੀਕ ਹੈ, ਬਾਕੀ ਸਾਡੇ ਨਾਲ ਸਾਨੂੰ ਮੌਜ ਆ ਜੀ, ਸਾਡੇ ਨਾਲ ਕੋਈ ਨਾ ਕੋਈ ਟਕਸਾਲੀ ਹੋ ਜਾਂਦਾ। ਠੀਕ ਹੈ, ਅਤੇ ਵਿਦਵਾਨਾਂ 'ਚੋਂ ਸਾਡੇ ਕਥਾਕਾਰਾਂ ਵਿੱਚੋਂ ਕੋਈ ਨਾ ਕੋਈ ਹੋ ਜਾਂਦਾ, ਸਾਡਾ ਪੂਰਾ ਪੂਰਾ ਸਾਥ ਦਿੰਦੇ ਆ, ਮਾਲ ਪਤਾ ਦੇ ਜਾਂਦੇ ਪੂਰਾ। ਹਾਂ, ਅਤੇ ਅਸੀਂ ਬਸਦੇ ਰਹਿਣ, ਉਹ ਮਿਹਨਤ ਕਰਦੇ ਰਹਿਣ। ਜਸਵਿੰਦਰ ਬੂਟ, ਉਹਦੀ ਵੀ ਵੀਡੀਓ ਹਰੇਕ ਵੀਕ ਇੱਕ ਅੱਧੀ ਆ ਜਾਂਦੀ ਆ, ਅਤੇ ਅੱਜ ਇਹ ਕਸ਼ਮੀਰ ਸਿੰਘ, ਪਤਾ ਨਹੀਂ ਸ਼ਾਇਦ ਇਹਦਾ ਮੈਨੂੰ ਪੂਰਾ ਨਾਂ ਨਹੀਂ ਪਤਾ ਜੀ, ਸਿੰਘ ਆ, ਟਕਸਾਲ ਦਾ ਸਿੰਘ ਆ, ਉਹਦੀ ਵੀਡੀਓ ਆ ਜੀ ਇੱਕ। ਠੀਕ ਹੈ, ਅਤੇ ਉਹ ਇੰਗਲੈਂਡ ਜਿਹੜਾ ਟਕਸਾਲੀਆਂ ਨੇ ਰੌਲਾ ਪਾਇਆ ਹਰਿੰਦਰ ਸਿੰਘ ਹੋਣਾ ਦੇ ਪ੍ਰੋਗਰਾਮ 'ਚ, ਉਹਦੇ ਬਾਬਤ ਗੱਲ ਕਰਦਾ ਆ, ਉਹਨੂੰ ਦੇਖ ਲਾਂਗੇ ਆਪਾਂ। ਠੀਕ ਆ, ਅਤੇ ਉਦੋਂ ਪਹਿਲਾਂ ਜਿਹੜਾ ਇਹਨਾਂ ਦਾ ਬਰਗਾੜੀ ਮੰਡ ਹੁਣੀ ਬੈਠੇ ਸੀਗੇ, ਮੰਡ ਉੱਠ ਖੜਿਆ ਉੱਥੋਂ, ਅਤੇ ਉਹ ਕੱਲ੍ਹ ਭਿੰਦੇ ਹੋਣਾ ਨੇ ਪ੍ਰੋਗਰਾਮ ਦੇ ਵਿੱਚ ਬੜਾ ਲੰਬਾ ਟਾਈਮ ਗੱਲਬਾਤ ਉਹਦੇ ਉੱਤੇ ਕੀਤੀ ਆ, ਰਾਈਟ, ਵੀ ਲੋਕਾਂ ਦਾ ਰਿਐਕਸ਼ਨ ਕੀ ਆ। ਇਹ ਗੱਲਾਂ ਅਸਲ 'ਚ ਨਾ ਸਾਨੂੰ ਸਾਰਾ ਕੁਛ ਜਿਹੜਾ ਆ, ਸਾਰਾ ਐਪੀਸੋਡ ਜਿਹੜਾ ਆ, ਹਾਂਜੀ, ਉਹ ਸਾਨੂੰ ਕਿਸੇ ਨਾ ਕਿਸੇ ਆਰੇ ਲਾਉਣ ਲਈ ਆ। ਬਿਲਕੁਲ, ਸਾਨੂੰ ਜਿਹੜਾ ਸਾਨੂੰ ਦੇਣਾ ਆ, ਹੁਣ ਮੈਂ ਉਦਣ ਵੀ ਗੱਲ ਕਰਦਾ ਸੀ ਵੀ ਜਿਹੜਾ ਨਾ ਮੈਨੇਜਮੈਂਟ ਦਾ ਅਸੂਲ ਹੁੰਦਾ ਆ, ਰਾਈਟ, ਠੀਕ ਆ, ਜਿੱਦਾਂ ਜਿੱਦਾਂ ਤੁਸੀਂ ਉੱਤੇ ਜਾਈ ਜਾਂਦੇ ਆ, ਉਹਦੇ 'ਚ ਇੱਕ ਗੱਲ ਜਿਹੜੀ ਆ ਉਹ ਈਵਨ ਯੂਨੀਅਨ ਵੀ ਹੋਵੇ, ਰਾਈਟ, ਠੀਕ ਆ, ਕਿਉਂਕਿ ਉਹ ਜਿਹੜਾ ਨਾ ਜਿਹੜਾ ਐਟੀਚਿਊਡ ਆ ਮੈਨੇਜਮੈਂਟ ਦਾ, ਠੀਕ ਆ, ਜਿਹੜਾ ਮੁੱਢਲਾ ਅਸੂਲ ਆ ਜੀ, ਉਹ ਇਹੀ ਆ ਵੀ ਮੇਕ ਸ਼ੋਰ ਜਦੋਂ ਨੈਗੋਸ਼ੀਏਸ਼ਨ ਕਰਨੀ ਆ ਨਾ, ਤੇ ਦੇਣਾ ਨਹੀਂ ਕੁਛ ਵੀ। ਨੈਗੋਸ਼ੀਏਸ਼ਨ ਦਾ ਮਤਲਬ ਇਹ ਹੁੰਦਾ ਆ, ਰਾਈਟ, ਵੀ ਤੁਸੀਂ ਖੱਟਣਾ ਆ, ਠੀਕ ਹੈ, ਜਿਹਨੂੰ, ਕਿਉਂਕਿ ਜਿਹੜਾ ਬਿਜ਼ਨਸ ਆ ਨਾ, ਬਿਜ਼ਨਸ ਖੜਾ ਹੀ ਇਸ ਗੱਲ ਦੇ ਉੱਤੇ ਆ, ਠੀਕ ਹੈ, ਵੀ ਤੁਸੀਂ 30% ਲਾਉਣਾ, 40%, ਕੋਈ ਕਹਿੰਦਾ ਹੁਣ ਰੈਸਟੋਰੈਂਟ ਆ, ਹਨਾ, ਹੁਣ ਰੈਸਟੋਰੈਂਟ ਦੇ ਵਿੱਚ ਕਹਿੰਦੇ ਵੀ 20% ਲਾ ਕੇ, 20 ਲਾ ਕੇ 100 ਕਮਾਇਆ ਜਾਂਦਾ, ਨਹੀਂ ਠੀਕ ਆ, ਪਰ ਦੂਜੇ ਨੂੰ ਵੀ ਤਾਂ ਦੇਣਾ ਨਾ ਆਪਾਂ। ਹਾਂ, ਉਹ ਗੱਲ ਬਸ ਉੱਥੇ ਹੀ ਹੋਣੀ ਹੈ, ਜੇ ਇੱਦਾਂ ਹੋਣ ਲੱਗੂਗਾ, ਹਾਂਜੀ, ਜੇ ਦੂਜੇ ਨੂੰ ਦੇਣ ਦੀ ਗੱਲ ਹੋਊਗੀ, ਹਾਂਜੀ, ਫਿਰ ਬਿਜ਼ਨਸ ਸਫਲ ਨਹੀਂ ਹੋ ਸਕੂਗਾ। ਠੀਕ ਆ, ਜਿਹੜੇ ਮੁਲਕ ਆ, ਮੁਲਕ ਵੀ ਚੱਲ ਨਹੀਂ ਸਕਣੇ ਫਿਰ, ਠੀਕ ਆ, ਠੀਕ ਆ, ਉਹਦੇ 'ਚ ਜੋ ਵੀ ਦੇਣਾ ਆ, ਉਹ ਕਿਉਂਕਿ ਉਹ ਜਿਹੜੀ ਰੇਸ਼ੋ ਆ ਨਾ, ਜਿਹੜਾ ਅਨੁਪਾਤ ਆ, ਹਾਂਜੀ, ਜੇ ਹੁਣ ਪਤਾ ਆ ਵੀ ਜੇ 80% ਗਰੋਸ ਮਾਰਜਨ ਨਾ ਹੋਇਆ, ਰਾਈਟ, ਠੀਕ ਆ, ਤੇ ਹੁਣ ਮੰਨ ਲਓ 40% ਗਰੋਸ ਮਾਰਜਨ ਦੇ ਉੱਤੇ ਤਾਂ ਉਹ ਅਗਲਾ ਕਹਿੰਦਾ ਖਰਚੇ ਚੱਕ ਹੁੰਦੇ ਆ ਮੇਰੇ, ਠੀਕ ਆ, ਠੀਕ ਆ, ਉਹ ਤੋਂ ਬਾਅਦ ਮੈਂ ਤਨਖਾਹਾਂ ਕੱਢਣੀਆਂ ਆ, ਠੀਕ ਆ, ਫਿਰ ਮੈਂ ਕਰਜ਼ਾ ਵੀ ਚੱਕਿਆ ਆ, ਫਿਰ ਮੈਂ ਰਿਸਕ ਲਿਆ ਆ, ਹਾਂਜੀ, ਫਿਰ ਓਬਵੀਅਸਲੀ ਮੈਂ ਜ਼ਿੰਦਗੀ ਵਧੀਆ ਚਾਹੁੰਦਾ, ਵਧਾਉਣਾ ਚਾਹੁੰਦਾ ਆ,
ਹਨਾ, ਤੇ ਹੁਣ ਜੇ ਉਹਨਾਂ ਮਾਰਜਨ ਨਾ ਹੋਵੇ ਤੇ ਉਹ ਕਹਿੰਦਾ ਫਿਰ ਮੈਂ ਫਿਰ ਤਾਂ ਫੈਕਟਰੀ ਚ ਜੋਬ ਕਰ ਲੈਂਦਾ, ਮੈਂ ਰਿਸਕ ਤੇ ਲੈ ਕੇ ਬੈਠਾ ਆ, ਠੀਕ ਆ। ਤੇ ਉਹ ਅਸੂਲ ਇਹ ਹੁੰਦਾ ਆ ਜਾਣੀ ਵੀ ਦੇਣਾ ਨੀ ਕੁਛ ਵੀ, ਤੁਸੀਂ ਜਦੋਂ ਦੇਣਾ ਆ ਉਦੋਂ ਇਹ ਦੇਖਣਾ ਆ ਵੀ ਉਹ ਜਿਹੜਾ ਗਰੋਸ ਮਾਰਜਨ ਆ ਤੁਹਾਡਾ ਉਸੇ ਅਨੁਪਾਤ ਚ ਵੱਧ ਰਿਹਾ, ਠੀਕ ਆ। ਜੇ ਮਤਲਬ ਤੁਹਾਨੂੰ ਪਤਾ ਆ ਵੀ ਤੁਸੀਂ ਤੁਹਾਡੀ 20,000 ਦਾ ਬਿਜ਼ਨਸ ਆ ਵੀਕ ਹਫ਼ਤੇ ਦਾ, ਠੀਕ ਆ, ਉਹਦੇ ਉੱਤੇ 20,000 ਦੇ ਬਿਜ਼ਨਸ 'ਤੇ ਜਿਹੜਾ ਨਿਯਮ ਆ, ਮੰਨ ਲਓ ਕਿਸੇ ਸੈਕਟਰ 'ਚ ਜਿਹ 'ਚ ਤੁਸੀਂ ਕੰਮ ਕਰਦੇ ਆ, ਉਹਦੇ ਵਿੱਚ ਉਹ ਕਹਿੰਦੇ ਆ ਵੀ 20,000 ਦੇ ਬਿਜ਼ਨਸ ਦੇ ਉੱਤੇ 5,000 ਤੋਂ ਵੱਧ ਲੇਬਰ ਨਹੀਂ ਚਾਹੀਦੀ, ਠੀਕ ਆ, ਠੀਕ ਆ, ਵੀ ਜੇ ਇੰਨੇ ਤੋਂ ਵੱਧ ਲੇਬਰ ਹੋਊਗੀ ਫਿਰ ਘਾਟਾ ਖਾਓਗੇ ਤੁਸੀਂ, ਠੀਕ ਹੈ। ਹੁਣ ਜੇ ਕਿਸੇ ਨੈਗੋਸ਼ੀਏਸ਼ਨ ਦੇ ਵਿੱਚ ਜਿਹੜੀ ਲੇਬਰ ਦੀ ਕੋਸਟ ਆ ਉਹ 5 ਤੋਂ 5.5 ਹੋਣਾ ਚਾਹੁੰਦੀ ਆ, ਰਾਈਟ, ਠੀਕ ਆ, ਤੇ ਜੇ ਉਹ ਬਿਜ਼ਨਸਮੈਨ ਨੇ ਸਫਲ ਹੋਣਾ ਆ ਹਨਾ, ਤੇ ਉਹਨੂੰ ਉਨਾ ਹੀ 25% ਮਾਰਜਨ ਵਧਾਉਣ ਬਾਰੇ ਸੋਚਣਾ ਪੈਣਾ, ਬਿਜ਼ਨਸ ਦਾ ਗਰੋਸ ਵਧਾਉਣ ਬਾਰੇ ਸੋਚਣਾ ਪੈਣਾ, ਠੀਕ ਆ। ਉਹਨੂੰ ਪਤਾ ਆ ਵੀ ਜੇ 20,000 ਦਾ ਬਿਜ਼ਨਸ ਆ ਉਹਦਾ 25% ਪਤਾ ਨੀ ਮੈਨੂੰ ਫਿਗਰ ਕੀ ਆ, ਮੈਂ ਤਾਂ ਉਦਾਂ ਗੱਲ ਕਰ ਰਿਹਾ, ਮੈਂ ਬਿਜ਼ਨਸਮੈਨ ਨਹੀਂ ਹੈਗਾ, ਮੈਂ ਜਾਣੀ ਮੈਂ ਤਾਂ ਇੱਕ ਐਗਜ਼ਾਮਪਲ ਦਿੰਦਾ, ਉਹ ਕਿਸੇ ਕੋਲ ਬੰਦਾ ਇਹ ਨਾ ਹੁਣ ਇਹਨੂੰ ਫੜ ਲਵੇ ਵੀ ਨਹੀਂ 25% ਨਹੀਂ, ਲੇਬਰ ਤਾਂ 37% ਹੁੰਦੀ ਆ ਹਨਾ, ਜਾਂ 21% ਹੁੰਦੀ, ਇੱਦਾਂ ਮੈਂ ਤਾਂ ਸਿੱਧੀ ਫਿਗਰ ਲੈ ਲਈ ਜਿਹੜੀ ਸਮਝ ਛੇਤੀ ਆ ਜਾਵੇ, ਠੀਕ ਹੈ। ਹੁਣ ਜੇ ਜੇ 20,000 ਦਾ 25% 5,000 ਬਣਦਾ, ਠੀਕ ਆ, ਤੇ ਜੇ ਉਹ 5,000 ਜਿਹੜਾ ਆ ਉਹ 5,500 ਬਣ ਰਿਹਾ ਆ, ਠੀਕ ਆ, ਠੀਕ ਆ, ਤੇ ਉਹਨੂੰ ਗੁਣਾ ਕਰੋ ਤੁਸੀਂ, ਉਹ 22,000 ਬਣਨਾ ਚਾਹੀਦਾ, ਠੀਕ ਆ। ਹੁਣ ਫਿਰ ਇਹ ਦੇਖਣਾ ਆ ਸਫਲ ਹੋਣ ਲਈ ਵੀ ਮੈਂ 22 ਕਿੱਦਾਂ ਬਣਾਵਾਂ, ਠੀਕ ਆ, ਹੁਣ ਉਹ ਹਿਸਾਬਨਾ ਕੰਡੀਸ਼ਨਾਂ ਲਾਉਣੀਆਂ, ਤਾਂ ਹਾਲਾਂਕਿ ਇੰਨਾ ਨਹੀਂ 22 ਨਹੀਂ, 22.5-23 ਬਣਨਾ ਚਾਹੀਦਾ, ਤਾਂ ਹੋਊਗਾ। ਹੁਣ ਸਾਨੂੰ ਨਹੀਂ ਸਮਝ ਇਸ ਗੱਲ ਦੀ, ਅਸੀਂ ਇੱਦਾਂ ਅਸੀਂ ਜਦੋਂ ਰੋਂਦੇ ਹਾਂ, ਕਰਲਾਉਂਦੇ ਹਾਂ, ਜਦੋਂ ਚੀਕਾਂ ਮਾਰਦੇ ਹਾਂ ਹਨਾ, ਅਸੀਂ ਇੱਦਾਂ ਸੋਚਦੇ ਹਾਂ ਵੀ ਇੱਦਾਂ ਰੋਣ, ਸਾਡੇ ਕਹਾਵਤ ਆ ਵੀ ਰੋਣ ਤੋਂ ਬਿਨਾਂ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ, ਠੀਕ ਹੈ, ਠੀਕ ਹੈ, ਰੋਈ ਜਾਓ, ਰੋਂਦੇ ਹੀ ਰਹੋ, ਜਾਣੀ ਵੀ ਕਹੀ ਜਾਓ ਇੱਦਾਂ, ਫਿਰ ਮਿਲਦਾ, ਰਾਈਟ, ਠੀਕ ਹੈ। ਹੁਣ ਉਹਦੇ ਬਦਲੇ 'ਚ ਅਗਲਾ ਜਿਹਨੇ ਸਟੇਟ ਚਲਾਉਣੀ ਆ ਉਹ ਕੀ ਲੈ ਲੈਂਦਾ, ਠੀਕ ਹੈ, ਠੀਕ ਹੈ। ਸਾਡਾ ਜਿਹੜਾ ਬਹਿਣਾ ਆ ਭੁੱਖ ਹੜਤਾਲਾਂ ਤੇ ਇੱਦਾਂ ਦੇ ਮਜ਼ਾਰਿਆਂ ਦੇ ਵਿੱਚ, ਉਹਦੇ 'ਚ ਜੇ ਸਾਨੂੰ ਪਤਾ ਹੋਊਗਾ ਵੀ ਜਿਹੜੀ ਦੇਣੇ ਵਾਲੀ ਧਿਰ ਆ ਜਿਹੜੀ ਉੱਤੇ ਬੈਠੀ ਆ ਉਹਨੇ ਦੇਣਾ ਉਹੀ ਆ, ਠੀਕ। ਹੁਣ ਗੁਰਬਖਸ਼ ਸਿੰਘ ਦੇ ਬੈਠੇ ਤੇ ਕੀ ਹੋਇਆ, ਜਿਹੜੇ ਬੰਦਿਆਂ ਨੂੰ ਉਹ ਆਰਾਮ ਨਾਲ ਪੈਰੋਲ ਤੇ ਭੇਜਦੇ ਸੀ, ਜੇ 2-3 ਮਹੀਨੇ ਲਈ ਭੇਜ ਦਿੱਤਾ, ਉਹਦੇ ਸ਼ਰਤਾਂ ਲਾਈਆਂ ਸੀ ਪਰ ਕਦੇ ਵੀ ਉਹਨੇ ਸ਼ਰਤਾਂ ਨੂੰ ਫੋਲੋ ਨਹੀਂ ਸੀ ਕੀਤਾ। ਜੇ ਸ਼ਰਤ ਇਹ ਸੀ ਵੀ ਆਪਣੇ ਪਰਿਵਾਰ ਨੂੰ ਮਿਲ ਲਓ, ਪਰਿਵਾਰ ਦੇ ਵਿੱਚ ਵਿਆਹ ਆ ਜਾਂ ਕੋਈ ਮਰਗ ਹੋ ਗਿਆ ਤਾਂ ਜਾ ਆਇਓ, ਠੀਕ ਹੈ, ਉੱਦਾਂ ਹੋਰ ਕਿਤੇ ਨਹੀਂ ਬਾਹਰ ਤੁਸੀਂ ਜਾ ਸਕਦੇ, ਰਾਈਟ, ਠੀਕ ਆ। ਤੇ ਉਹ ਕਰਦੇ ਕੀ ਸੀ, ਬੰਦੇ ਨੂੰ ਭੇਜ ਦਿੰਦੇ ਸੀ ਪਰੋਲ ਤੇ, ਤਾਂ ਫੋਲੋ ਨਹੀਂ ਸੀ ਕਰਦੇ ਵੀ ਕਿਤੇ ਹੋਰ ਤਾਂ ਨਹੀਂ ਗਿਆ, ਬੰਦਾ ਬਾਜ਼ਾਰ ਵੀ ਜਾਇਆ ਆ, ਕਿਸੇ ਦੋਸਤ ਦੇ ਵਿਆਹ ਤੇ ਵੀ ਜਾਇਆ, ਮੇਲਾ ਵੀ ਦੇਖਿਆ ਆ, ਉਹ ਉਹ ਮਤਲਬ ਇੱਦਾਂ ਨਹੀਂ ਸੀ ਕਰਦੇ, ਸਟ੍ਰਿਕਟਲੀ ਨਹੀਂ ਉਹਨੂੰ ਲਾਗੂ ਨਹੀਂ ਸੀ ਕਰਦੇ, ਹਾਂ, ਠੀਕ ਆ, ਨਹੀਂ ਲੱਗੀਆਂ ਪੂਰੀਆਂ ਸੀ ਜਾਣੀ ਪਰ ਉਹ ਇੱਦਾਂ ਉਹਨੂੰ ਜਾ ਕੇ ਇੱਦਾਂ ਚੈੱਕ ਨਹੀਂ ਸੀ ਕਰਦੇ, ਠੀਕ ਹੈ, ਠੀਕ। ਹੁਣ ਗੁਰਬਖਸ਼ ਸਿੰਘ ਦੇ ਭੁੱਖ ਹੜਤਾਲ ਤੇ ਬੈਠਣ ਤੋਂ ਬਾਅਦ ਕੀ ਕੀਤਾ ਉਹਨੀ, ਉਹ ਸਾਰੀਆਂ ਪੂਰਾ ਐਨ ਸ਼ਿਕੰਜਾ ਕੱਸ ਦਿੱਤਾ ਉਹਨਾਂ ਤੇ, ਰਾਈਟ, ਜਿਹੜੇ ਬੰਦੇ ਗਏ ਪਰੋਲ ਤੇ ਉਹਨਾਂ ਨੂੰ ਐਨ ਪੂਰਾ ਦੋ ਟਾਈਮ ਸਾਈਨ ਹੋਣੇ ਆ, ਆਹ ਹੋਣਾ ਘਰੋਂ ਬਾਹਰ ਨਹੀਂ ਜਾ ਸਕਦੇ, ਉਹਦੇ ਲਈ ਸਾਨੂੰ ਸਰਪੰਚ ਤੋਂ ਲਿਖਾ ਕੇ ਪੂਰਾ ਲਾਗੂ ਕਰਤਾ, ਰਾਈਟ, ਠੀਕ ਆ। ਮਤਲਬ ਸਮਝਣ ਮੈਂ ਕਹਿਣਾ ਕੀ ਚਾਹੁੰਦਾ, ਤੁਹਾਡੀ ਗੱਲ ਠੀਕ ਹੈ, ਦੇਣਾ ਕੁਛ ਨਹੀਂ ਉਹਨੀ, ਜਦੋਂ ਦੇਣਾ ਆ ਉਦੋਂ ਬਸ ਉਹਨੀ ਬਰਾਬਰ ਨਾਲ ਆਪਣਾ ਹੱਕ ਜਿਹੜਾ ਪੂਰਾ, ਉਹਦੇ ਚ ਦੋ ਗੱਲਾਂ ਨੇ ਨਾ,
ਜਿਹੜਾ ਬਿਜ਼ਨਸਮੈਨ ਬੰਦਾ ਬੈਠਾ ਉਹ ਸੋਚਦਾ ਹੈ ਕੁਛ ਦੋ ਕ੍ਰਾਈਟੀਰੀਆ ਬਣਾਏ ਹੁੰਦੇ ਨੇ ਉਹਨੇ, ਆਹ ਵਾਲੀਆਂ ਚੀਜ਼ਾਂ ਮੰਗਣਗੇ ਉਹਦੇ 'ਚੋਂ ਆਪਾਂ ਨੈਗੋਸੀਏਸ਼ਨ ਕਰਕੇ ਕੁਛ ਨਾ ਕੁਛ ਜਿਹੜਾ ਘੱਟ ਤੋਂ ਘੱਟ 'ਤੇ ਜਿੱਥੇ ਗੱਲ ਮੁੱਕ ਗਈ ਉਹਦੇ 'ਚ ਆ ਜਾਣਾ, ਪਰ ਕੁਛ ਕੁਛ ਗੱਲਾਂ ਉਹ ਵੀ ਹੁੰਦੀਆਂ ਨੇ ਜਿਹੜੀਆਂ ਬਿਲਕੁਲ ਨਹੀਂ ਮੰਨਣੀਆਂ, ਆਹ ਵਾਲੀਆਂ ਗੱਲਾਂ ਉਹਦੇ 'ਚੋਂ ਨੇ ਜਿਹੜੀਆਂ ਭੁੱਖ ਹੜਤਾਲਾਂ ਜਾਂ ਇਹ ਜਿਹੜੀਆਂ ਉਹ ਸਰਕਾਰਾਂ ਨੂੰ ਪਤਾ ਹੈ ਜੋ ਮਰਜ਼ੀ ਕਰ ਲੈਣਾ ਅਸੀਂ ਨਹੀਂ ਮੰਨਣੀਆਂ, ਇਹਨਾਂ ਨੂੰ ਹੈ ਨਹੀਂ ਹੈ ਨਹੀਂ, ਸਾਨੂੰ ਸਮਝ ਨਹੀਂ ਹੈਗੀ। ਅਸੀਂ ਪਹਿਲਾਂ ਸਾਡੇ ਨਾਲ ਸਰੋਤੇ ਆ ਜੀ, ਉਹਨਾਂ ਦੀ ਗੱਲ ਸੁਣ ਲਈਏ। ਹਾਂ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀਵਨ ਬਿਓਰਾ ਦੱਸ ਸਕਦੇ ਹੋ? ਨਹੀਂ ਜੀ, ਮੈਂ ਆਪ ਪੜਿਆ ਤਾਂ ਹੈਗਾ ਥੋੜਾ ਬਹੁਤਾ, ਪਰ ਜੀਵਨ ਬਿਓਰਾ ਤੇ ਪਤਾ ਹੋਣਾ ਚਾਹੀਦਾ ਨਾ, ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ? ਨਹੀਂ, ਤੁਹਾਨੂੰ ਇਹ ਕਿਵੇਂ ਕਹਿ ਦਿੱਤਾ ਵੀ ਜਿਹੜਾ ਸਿੱਖ ਪਾਤਸ਼ਾਹੀ ਨਾਂ ਆ ਉਹ ਇਸ ਕਰਕੇ ਰੱਖਿਆ ਵੀ 10 ਪਾਤਸ਼ਾਹੀਆਂ ਹੋਈਆਂ ਸਾਡੀਆਂ? ਅੱਛਾ, ਕਾਹਦੇ ਲਈ ਰੱਖਿਆ ਜੀ? ਉਹ ਜੇ ਤੁਸੀਂ ਥੋੜੋ ਇੱਦਾਂ ਕਰ ਸਕਦੇ, ਪਹਿਲਾਂ ਤਾਂ ਤੁਸੀਂ ਆ ਗਏ ਆਪਣੇ ਮਰਜ਼ੀ ਨਾਲ ਮੇਰੇ ਪ੍ਰੋਗਰਾਮ ਦੇ ਨਾਂ ਦੇ ਅਰਥ ਕਰਕੇ ਤਾਂ ਮੇਰੇ ਤੇ ਡਿਕਟੇਟਰ ਬਣ ਕੇ ਆ ਗਏ। ਤੈਨੂੰ ਜੇ ਨਾਂ ਨੀ ਆਹ ਅਰਥ ਨੀ ਪਤਾ, ਨਾਂ ਕਾਹਤੇ ਰੱਖਿਆ, ਪ੍ਰੋਗਰਾਮ ਲਾਈਵ ਚੱਲਦਾ, ਤੁਸੀਂ ਦੱਸ ਦੋ ਸਿੱਖ ਪਾਤਸ਼ਾਹੀਆਂ ਦਾ ਜੀਵਨ ਬਿਓਰਾ ਦੱਸ ਦੋ। ਕਾਹਦੇ ਲਈ, ਮੈਂ ਕਾਹਦੇ ਲਈ ਦੱਸਾਂ? ਸਾਡਾ ਵੀਰਾ ਜਿਹੜਾ ਰੌਲਾ ਆ ਨਾ ਸਾਰਾ, ਮੈਂ ਤੈਨੂੰ ਦੱਸਾਂ ਕੀ ਗੱਲ ਆ। ਸਾਡੀ ਨਾ ਗੁਰਬਾਣੀ ਦੇ ਅਰਥਾਂ ਨਾਲ ਕੋਈ ਪ੍ਰੋਬਲਮ, ਨਾ ਇਤਿਹਾਸ ਨਾਲ, ਸਾਡੀ ਪ੍ਰੋਬਲਮ ਆ ਜਿਹੜੇ ਤੇਰੇ ਵਰਗੇ ਉਹਨਾਂ ਦੇ ਐਟੀਚਿਊਡ ਨਾਲ। ਨਹੀਂ ਮੈਂ ਤਾਂ ਪਹਿਲਾਂ ਤੂੰ ਮੇਰੀ ਗੱਲ ਨੀ ਸਮਝਿਆ, ਤੂੰ ਮੇਰੀ ਗੱਲ ਨੀ ਸਮਝਿਆ। ਤੈਨੂੰ ਜਿਹੜੀ ਮੈਂ ਜਾਣਕਾਰੀ ਪੁੱਛ ਰਿਹਾ ਵੀ ਜੇ ਤੈਨੂੰ ਸਿੱਖ ਧਰਮ ਬਾਰੇ ਨੌਲੇਜ ਹੈ ਤੇ ਮੈਨੂੰ ਦੱਸਾਂ ਗੁਰੂ ਸਾਹਿਬਾਨਿਆਂ ਦਾ ਜੀਵਨ ਬਿਓਰਾ ਦੱਸ। ਜਿਹੜੀ ਮੈਂ ਸਟੇਟਮੈਂਟ ਦਿੱਤੀ ਆ ਉਹ ਸੁਣੀ ਕਿ ਨਹੀਂ? ਤੈਨੂੰ ਮੈਂ ਦੱਸਾਂ, ਤੇਰੇ ਵਰਗੇ ਦਾ ਫੋਨ ਕੱਟਣ ਲੱਗਾ ਮੈਂ ਸੈਕਿੰਡ ਨੀ ਲਾਉਂਦਾ ਹੁੰਦਾ। ਜੇ ਤੂੰ ਲਾਉਂਦਾ ਫਿਰ ਕੀ, ਮੇਰਾ ਟਰੱਕ ਰੋਕ ਜੇ ਲੱਗਾ ਉਹ ਤੇ ਮੈਂ ਚਲਾਈ ਜਾਣਾ। ਅੱਛਾ, ਤੇਰਾ ਨਾਂ ਕੀ ਆ? ਨਵਤੇਜ ਸਿੰਘ, ਜਾਣਨਾ ਮੈਨੂੰ? ਲੈ ਦੱਸ, ਤੂੰ ਹੈਗਾ ਵੀ ਡੋਨਲਡ ਟਰੰਪ ਉੱਥੇ, ਤੈਨੂੰ ਜਾਣਦਾ, ਤੂੰ ਬੰਦਿਆਂ ਨਾਂ ਦੱਸ ਆਪਣਾ। ਕੱਲ ਤੇ ਮਾਮਾ ਡਿਆ ਸਟੇਟਮੈਂਟ ਪਾਉਣ ਇੰਜਨ ਮਹਿਕਮੇ ਦੀ। ਕਿੱਦਾਂ? ਆਹੋ ਇੰਜਣ ਮਹਿਕ ਉਹ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹ ਇੰਨੀਆਂ ਗਾਲਾਂ ਕੱਢਦੇ, ਤੁਸੀਂ ਟਕਸਾਲ ਦੇ ਠੇਕੇਦਾਰ ਬਣੇ ਫਿਰਦੇ ਆ। ਤੈਨੂੰ ਦੱਸਾਂ ਗੁਰੂ ਸਾਹਿਬਾਨਾਂ ਦੇ ਜੀਵਨ ਬਿਓਰੇ ਦਾ, ਨਹੀਂ ਤਾਂ ਚੌਲਾਂ ਤੋਂ ਲਾਈਵ ਮਾਰਦਾ ਰੇਡੀਓ ਸਟੇਸ਼ਨ ਤੇ। ਅੱਛਾ, ਤੁਸੀਂ ਇੰਨੀਆਂ ਗਾਲਾਂ ਕੱਢ ਕੇ ਦੱਸਾਂ ਗੁਰੂਆਂ ਦੇ ਜੀਵਨ ਬਾਰੇ ਲੱਭਦੇ ਫਿਰਦੇ ਆ? ਬੰਦਾ ਦਸਾਂ ਪਾਤਸ਼ਾਹੀਆਂ ਦਾ ਜੀਵਨ ਪੁੱਛਦਾ ਜਾਣੀ,
ਕਿੰਨੀ ਯਾਨੀ ਸਾਡੇ ਲਈ ਕਿੰਨੀ ਕਿੰਨੀ ਸ਼ਰਮ ਵਾਲੀ ਗੱਲ ਆ ਵੀ ਜਿਹੜੀ ਸੰਸਥਾ ਕਹਿੰਦੀ ਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹੋ ਹਨਾ, ਦਸਵੇਂ ਪਾਤਸ਼ਾਹ ਨੇ ਟਕਸਾਲ ਬਣਾਈ ਆ ਜਾਣੀ ਹਨਾ, ਪਸੀਨਾ ਪਸੀਨਾ ਚੱਲੇ ਆ ਰਹੇ ਆ। ਹੁਣ ਜੇ ਭਲਕੇ ਨੂੰ ਕੋਈ ਬੰਦਾ ਇਹਨਾਂ ਦੇ ਬਾਰੇ ਏਦਾਂ ਦਾ ਕੁਛ ਕਹੂਗਾ ਜਾਣੀ ਵੀ ਕੀ ਗੁਰੂ, ਹੁਣ ਅਸੀਂ ਅਸੀਂ ਪਿੱਟਦੇ ਹਾਂ ਬੀ ਜੀ ਉਦੋਂ ਕੇ ਅਰਗੇ ਅਜਮੇਰ ਸਿੰਘ ਅਰਗੇ ਉਹ ਜਿਹੜੀਆਂ ਸਿਲੇਬਸ ਦੇ ਵਿੱਚ ਕਿਤਾਬਾਂ ਲਿਖੀਆਂ ਉਹਦੇ ਵਿੱਚੋਂ ਚੈਪਟਰ ਕੱਢ ਕੱਢ ਕੇ ਵੀ ਗੁਰੂ ਸਾਹਿਬ ਨੂੰ ਇੰਨੀ ਗੁੰਡਾ ਕਹਿ ਦਿੱਤਾ ਜੀ, ਗੁਰੂ ਸਾਹਿਬ ਨੂੰ ਲੜਾਕਾ ਕਹਿ ਦਿੱਤਾ, ਏਦਾਂ ਹਮਲਾਵਰ ਕਹਿ ਦਿੱਤਾ ਕਿ ਨਹੀਂ। ਹੁਣ ਇਹ ਬੰਦੇ ਕੀ ਸਾਬਤ ਕਰਦੇ ਆ ਜੇ ਇਹ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹੋ ਆ ਹਨਾ, ਵੀ ਤੂੰ ਜਾਣੀ ਦਸਾਂ ਪਾਤਸ਼ਾਹੀਆਂ ਤੋਂ ਥੱਲੇ ਖੜਦੇ ਹੀ ਨੀ ਤੁਸੀਂ ਵੀ ਫਤਿਹ ਬੁਲਾ ਪੂਰੀ ਹਨਾ, ਵੀ ਜੇ ਤੁਸੀਂ ਨਹੀਂ ਬੁਲਾਏ ਫਿਰ ਤੇਰੀ ਭੈਣ ਦੀ ਬਸ ਸਿੱਧਾ ਹੀ ਹਨਾ। ਹੁਣ ਹੁਣ ਜਾਣੀ ਹੁਣ ਤੂੰ ਦੱਸਾਂ ਵੀਰਾ ਦੱਸ ਹਨਾ, ਜੇ ਮੈਨੂੰ ਸਵਾਲ ਪੁੱਛਿਆ ਮੇਰੇ ਕੰਮਾਂ ਬਾਰੇ ਕੁਛ ਕਿਹਾ ਤੇ ਫਿਰ ਮੈਂ ਦੱਸ ਹੁਣ ਮੈਂ ਨਿੱਕੀ ਤੇ ਚੜਾ ਠੀਕ ਹੈ। ਉਹ ਜਦੋਂ ਨਾ ਤੁਸੀਂ ਇਹ ਜਿਹੜਾ ਇਹਨਾਂ ਨੇ ਬਣਾਇਆ ਗਰੁੱਪ ਉਹ ਇੰਜਨ ਮਹਿਕਮੇ ਵਾਲੇ ਹਨਾ, ਆ ਲੈ ਹੁਣ ਆ ਦੇ, ਮੈਂ ਉੱਥੋਂ ਜਾਣੀ ਇੱਥੇ ਪ੍ਰੋਗਰਾਮ ਚ ਬਣਨ ਲੱਗਾ ਮੈਂ ਇਹਨੂੰ ਡਿਲੀਟ ਮਾਰ ਕੇ ਹਟਿਆ ਤੇ 191 191 ਨੋਟੀਫਿਕੇਸ਼ਨਾਂ ਹੁਣ ਫੇਰ ਆਈਆਂ ਆ ਜਾਣੀ, ਇਹ 10-15 ਮਿੰਟ ਦੀ ਗੱਲ ਆ ਤੇ ਉਹਦੇ ਵਿੱਚ ਹੁਣ ਉਹੀ ਕੁਛ ਆ ਜਾਣੀ। ਮੈਨੂੰ ਸ਼ਰਮ ਨੀ ਹੈਗੀ, ਮੈਂ ਤੁਹਾਨੂੰ ਮਾੜਾ ਜਿਹਾ ਮੇਰੇ ਖਿਆਲ ਦੱਸਿਆ ਵੀ ਸੀਗਾ ਕਿ ਹਾਂ ਲੱਗਦਾ ਕੋਈ ਹੋਰ ਤਰ੍ਹਾਂ ਦਾ ਬੰਦਾ, ਫਿਰ ਵੀ ਇਹਨਾਂ ਨੂੰ ਸ਼ਰਮ ਨੀ ਹੈਗੀ ਕਿ ਫਿਰ ਵੀ ਫੋਨ ਚੱਕ ਲਿਆ ਸੀ, ਕੋਈ ਗੱਲ ਕਰਨੀ ਤੁਸੀਂ ਗੱਲ ਕਰ ਲਓ, ਕੋਈ ਹੈਗੀ ਨਹੀਂ ਜਾਣੀ ਤੈਨੂੰ ਨਾਂ ਬਾਰੇ ਨੀ, ਤੂੰ ਜਾਣੀ ਉੱਦਾਂ ਤੂੰ ਵਜ੍ਹਾ ਨਾਲ ਪੁੱਛ ਲਾ ਦੱਸਾਂ। ਸਾਡੇ ਲਈ ਤਾਂ ਅਸੀਂ ਤਾਂ ਇੱਥੇ ਸੈਂਕੜੇ ਵਾਰ ਕਹਿ ਚੁੱਕੇ ਹਾਂ ਵੀ ਜਿਹੜੀਆਂ ਨਾ 10 ਪਾਤਸ਼ਾਹੀਆਂ ਆ ਠੀਕ ਆ, ਸਾਡੇ ਲਈ ਇੰਨਾ ਆ ਵੀ ਉਹ ਹੋਈਆਂ ਆ ਬਸ, ਜਿਹੜਾ ਉਹਨਾਂ ਦੇ ਨਾਂ ਤੇ ਇਤਿਹਾਸ ਜਿਹਨੂੰ ਜੀਵਨ ਬਿਊਰਾ ਕਹਿੰਦੇ ਆ ਹਨਾ, ਉਸ ਬਿਊਰੇ ਨਾਲ ਜਿਹੜਾ ਅੰਗਦ ਪਾਤਸ਼ਾਹ ਜਿਹੜੇ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਕੋ ਆਏ ਆ, ਉਹ ਜਿਹੜੀ 7-8 ਸਾਲ ਦੀ ਮਿਹਨਤ ਆ ਉਹਨਾਂ ਦੀ, ਉਹ ਤੋਂ ਬਾਅਦ ਉਹ ਅੰਗਦ ਬਣੇ ਆ ਠੀਕ ਹਨਾ। ਹੁਣ ਉਹ ਤੋਂ ਬਾਅਦ ਗੁਰਬਾਣੀ ਜਿਹੜਾ ਕੰਸੈਪਟ ਦਿੰਦੀ ਆ ਨਾ ਵੀ ਸਤਿਗੁਰ ਕੈ ਜਨਮੈ ਗਬਨ ਮਟਾਇਆ ਹਨਾ, ਹੁਣ ਉਹ ਜਿਹੜਾ ਜਿਹੜਾ ਉਹਨਾਂ ਦਾ ਜਨਮ ਗੁਰੂ ਪਾਤਸ਼ਾਹ ਦੇ ਕੋਲ ਆ ਕੇ ਹੋਇਆ, ਉਹ ਤੋਂ ਬਾਅਦ ਉਹਨਾਂ ਦੇ ਪਿਛਲੇ ਜੀਵਨ ਦਾ ਕੀ ਲੈਣਾ ਦੇਣਾ ਸਾਡੇ ਨਾਲ, ਕੋਈ ਅਰਥ ਰਹਿ ਜਾਂਦੇ? ਹੁਣ ਜੇ ਭਾਈ ਲਹਿਣਾ ਜੀ ਦੇ ਗੁਰੂ ਬਣਨ ਤੋਂ ਪਹਿਲੇ ਜੀਵਨ ਦੇ ਸਾਡੇ ਲਈ ਕੋਈ ਅਰਥ ਨਹੀਂ ਤੇ ਅਰਜਨ ਪਾਤਸ਼ਾਹ ਦੇ ਗੁਰੂ ਬਣਨ ਤੋਂ ਪਹਿਲੇ ਜੀਵਨ ਦੇ ਅਰਥ ਕਾਹਤੇ ਆ ਸਾਡੇ ਲਈ? ਨਹੀਂ ਨਹੀਂ ਬਿਲਕੁਲ ਨਹੀਂ ਹੋਣੇ ਚਾਹੀਦੇ, ਨਹੀਂ ਹੋਣੇ ਚਾਹੀਦੇ ਯਾਰ, ਕਿ ਸਾਡੇ ਲਈ ਤਾਂ ਜਦੋਂ ਉਹ ਉੱਥੇ ਬਿਰਾਜਮਾਨ ਹੋਏ ਆ ਹਨਾ, ਸਾਡਾ ਸਾਡੇ ਨਾਲ ਤੇ ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਦਾ ਸੰਬੰਧ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੋ ਕੁਛ ਆਇਆ ਆ ਉਹ ਉਹਨਾਂ ਦਾ ਗੱਦੀ ਤੇ ਬਹਿਣ ਤੋਂ ਬਾਅਦ ਆਇਆ ਹੋਊਗਾ, ਪਹਿਲਾਂ ਦਾ ਨੀ ਕੁਛ ਵੀ ਹੋ ਸਕਦਾ ਜਦੋਂ ਅਥਾਰਟੀ ਵਿੱਚ ਆਏ ਠੀਕ ਹੈ ਹਨਾ। ਫਿਰ ਸਾਡਾ ਉਸ ਜੀਵਨ ਨਾਲ ਕੀ ਲੈਣਾ ਦੇਣਾ ਆ, ਜਿਹੜੀਆਂ ਗੱਲਾਂ ਨੂੰ ਗੁਰੂ ਪਾਤਸ਼ਾਹ ਨੇ ਆਪ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ ਉਹ ਗੱਲਾਂ ਲੱਭ ਲੱਭ ਕੇ ਲਿਆ ਕੇ, ਇੱਕੋ ਇੱਕ ਕਾਰਨ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਵੀ ਉਹ ਗੱਲਾਂ ਆਈਆਂ ਨਾ ਸਾਹਮਣੇ ਚਾਹੇ ਉਹ ਕਬੀਰ ਜੀ ਦੇ ਨਾਂ ਥੱਲੇ ਆਈਆਂ ਠੀਕ ਆ, ਜਿਹੜੀਆਂ ਕਬੀਰ ਜੀ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਕਿਸੇ ਵੀ ਸੰਸਥਾ ਨੇ ਲੱਭ ਕੇ ਲਿਆਂਦੀਆਂ ਆ ਉਹਨਾਂ ਦੇ ਆਧਾਰ ਤੇ ਉਹ ਸੰਸਥਾ ਦਾ ਆਲਾ ਦੁਆਲਾ ਦੇਖ ਲਓ, ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਖੜੇ ਹੋਊਗੇ ਉਹ। ਭਗਤ ਰਵਿਦਾਸ ਜੀ ਦੀਆਂ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਇਕੱਠੀਆਂ ਕਰਕੇ ਕਿਸੇ ਵੀ ਉਹਨੀ ਜਥੇਬੰਦਕ ਕੀਤੀਆਂ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਹੋਈਆਂ, ਜਿਹਨੂੰ ਪੰਥ ਕਹਿ ਸਕਦੇ ਅਸੀਂ ਵੀ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਲਾਈਨ ਆ
ਜੇ ਉਸ ਲਾਈਨ ਦੇ ਵਿੱਚ ਤੁਸੀਂ ਦੇਖੋਗੇ ਤੇ ਉਹ ਵਿੱਚ ਨਹੀਂ ਆਉਣੀਆਂ, ਬਾਹਰ ਹੋਣਗੀਆਂ। ਹਾਂ, ਇਸ ਤੋਂ ਇੱਕ ਅਗਲੀ ਗੱਲ ਵੀ ਤਾਂ ਹੈਗੀ ਹੈ, ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ, ਜੋ ਵੀ ਇਹਨਾਂ ਦੀ ਸਿੱਖਿਆ ਦੀ ਆਪਾਂ ਗੱਲ ਕਰਦੇ ਹਾਂ, ਜੋ ਵੀ ਸਮਝ ਆਉਂਦੀ ਹੈ, ਉਹਦੇ ਤੋਂ ਇਹ ਵੀ ਸੀਗਾ ਕਿ ਗੁਰੂ ਬਣਨ ਤੋਂ ਬਾਅਦ ਵੀ ਜਿਹੜਾ ਉਹਨਾਂ ਦਾ ਜੀਵਨ ਸੀਗਾ ਉਹਦੇ ਨਾਲ ਵੀ ਕੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਜਦੋਂ ਵੀ ਕੁਛ ਲੈ ਕੇ ਆਉਂਦਾ, ਤੁਸੀਂ ਸ਼੍ਰੀ ਚੰਦ ਨੂੰ ਦੇਖ ਲਓ, ਠੀਕ ਹੈ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਤੇ ਦਸਾਂ ਪਾਤਸ਼ਾਹੀਆਂ ਦੇ ਉਹ ਟਾਈਮ ਦੀ ਲਾਈਨ ਦੇ ਵਿੱਚ ਨਹੀਂ ਹੈਗਾ, ਉਹਨੂੰ ਜਦੋਂ ਲਿਆ ਕੇ ਤੁਸੀਂ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਸ਼ਰੀਕ ਬਣਿਆ। ਬਿਲਕੁਲ ਬਿਲਕੁਲ, ਜਿੰਨੀਆਂ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ, ਗੁਰੂ ਅੰਗਦ ਦੇਵ ਜੀ ਦੇ ਜੀਵਨ ਨਾਲ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਗੱਲਾਂ, ਉਹ ਜਦੋਂ ਉਹ ਜੀਵਨ ਬਿਊਰਾ ਜਿਹਨੂੰ ਕਹਿੰਦੇ ਆ, ਉਹ ਲਿਆ ਕੇ ਰੱਖਿਆ ਸੀ, ਠੀਕ ਆ, ਭਈ ਗੁਰੂ ਨਾਨਕ ਦੇਵ ਜੀ ਨੇ ਪੱਥਰ ਰੋਕਿਆ, ਰੀਠੇ ਮਿੱਠੇ ਕੀਤੇ ਆ, ਮੱਕਾ ਘੁਮਾ ਦਿੱਤਾ, ਠੀਕ ਆ, ਉਹ ਜਿਹੜਾ ਮੱਝਾਂ ਚਾਰਨ ਦੀ ਗੱਲ ਆ। ਹੁਣ ਉਹੀ ਗੱਲ ਗੁਰੂ ਅੰਗਦ ਦੇਵ ਜੀ ਦੇ ਨਾਲ, ਵੀ ਉਹ ਜਿਹੜਾ ਲੋਟਾ ਕੱਢ ਕੇ ਲਿਆਂਦਾ ਦਰਖਤ ਨੂੰ ਹਿਲਾ ਕੇ ਮਠਿਆਈ ਕੱਢੀ ਆ, ਠੀਕ ਆ, ਮਰੀ ਹੋਈ ਚੂਰੀ ਬਾਹਰ ਸਿੱਟੀ ਆ, ਵਰਦੇ ਮੀਂਹ ਦੇ ਵਿੱਚ ਕੰਧ ਬਣਾਉਣ ਲੱਗ ਪਏ, ਉਹ ਜਿੰਨੀਆਂ ਸਾਖੀਆਂ ਆ ਰਹੀਆਂ ਆ ਤੀਜੇ ਪਾਤਸ਼ਾਹ ਨਾਲ ਸੰਬੰਧਿਤ ਆ, ਵੀ ਗਾਗਰ ਲੈ ਕੇ ਆਉਂਦੇ ਸੀ ਭਰ ਕੇ, ਪਿਛਲੇ ਪੈਰੀ ਲਿਆਉਂਦੇ ਸੀਗੇ, ਅੰਗੂਠਾ ਚੂਸ ਲਿਆ ਪਾਕ ਪਈਓ ਵਾਲਾ, ਇੱਦਾਂ ਹਨਾ, ਚੌਥੇ ਪਾਤਸ਼ਾਹ ਨਾਲ ਸੰਬੰਧਿਤ ਹਨਾ, ਉਹ ਸਾਰੇ ਦਾ ਸਾਰਾ ਸਾਨੂੰ ਜਿਹੜਾ ਗੁਰਮਤਿ ਦਾ ਗਾਢੀ ਰਾਹ ਆ ਨਾ, ਉਹ ਤੋਂ ਭਟਕਾ ਰਿਹਾ। ਬਿਲਕੁਲ ਬਿਲਕੁਲ, ਠੀਕ ਆ, ਤੇ ਉਹ ਔਰ ਇਹ ਬੰਦਿਆਂ ਦੇ ਕੋਲ ਹੋਰ ਹੈ ਵੀ ਕੱਖ ਨਹੀਂ, ਇਹਨਾਂ ਦਾ ਸਾਰਾ ਜ਼ੋਰ ਜਿਹੜਾ ਲੱਗਾ ਹੈ ਨਾ, ਜਿਹੜੀ ਵੀਡੀਓ ਡਿਸਕਸ ਕਰਨੀ ਆ, ਉਹ ਤੋਂ ਤੇ ਜਸਵਿੰਦਰ ਦੀ ਕੋਈ ਵੀ ਸੁਣ ਲਿਓ ਤੁਸੀਂ, ਉਹਨਾਂ ਦਾ ਸਾਰਾ ਜ਼ੋਰ ਇਹ ਲਗਾਇਆ ਵੀ ਜਿਹੜੀਆਂ ਗੱਲਾਂ ਉਹਨਾਂ ਦੇ ਵੱਡੇ ਵਡੇਰੇ, ਉਹਨਾਂ ਦੇ ਬ੍ਰਹਮ ਗਿਆਨੀ ਕਹਾਉਣੇ ਵਾਲੇ, ਟਕਸਾਲਾਂ ਦੇ ਮੁਖੀ, ਉਹਨਾਂ ਦੇ ਪ੍ਰਮਾਣਿਕ ਪ੍ਰਚਾਰਕ ਆ ਜਿਹੜੇ, ਉਹ ਕਰਦੇ ਆਏ ਆ, ਉਹਨਾਂ ਗੱਲਾਂ ਤੋਂ ਅੱਗੇ ਪਿੱਛੇ ਕੁਛ ਨਾ ਕਰੋ, ਜੇ ਅਰਥ ਕਰਨੇ ਆ ਗੁਰਬਾਣੀ ਦੇ ਤਾਂ ਜਿਹੜੇ ਸਿਖਾਏ ਜਾਂਦੇ ਆ। ਹੁਣ ਜੇ ਬਹੁਤ ਤਰੱਕੀ ਕੀਤੀ ਆ ਨੀ ਤੇ ਸਾਹਿਬ ਸਿੰਘ ਤੱਕ ਪਹੁੰਚੇ ਆ, ਬਿਲਕੁਲ, ਠੀਕ ਆ, ਉਹ ਚਾਹੁੰਦੇ ਆ, ਕਿਉਂਕਿ ਜਿੱਦਾਂ ਹੁਣ ਟਕਸਾਲ ਆ ਜਾਂ ਮਿਸ਼ਰੀ, ਸਾਡੇ ਮਿਸ਼ਰੀਆਂ ਦਾ ਵੀ ਇਹੀ ਹਾਲ ਆ, ਉਹ ਕਹਿੰਦੇ ਇਹ ਅਰਥ ਕਿੱਦਾਂ ਕਰ ਦਿੱਤੇ ਤੁਸੀਂ, ਹਨਾ। ਹੁਣ ਉਹ ਕਹਿੰਦੇ ਵੀ ਜੋ ਕੁਛ ਲਿਖਿਆ ਗਿਆ ਨਾ ਪਹਿਲਾਂ, ਜਿਹੜੇ ਗ੍ਰੰਥ ਜਿਹੜੇ ਸਟੀਕ ਲਿਖੇ ਗਏ ਆ, ਉਹਦੇ ਵਿੱਚ ਇਹ ਜਿਹੜੇ ਸੰਸਥਾ ਚਲਾਉਂਦੇ ਆ, ਇਹਨਾਂ ਨੂੰ ਸੁਵਿਧਾ ਆ, ਸੁਵਿਧਾ ਇਹ ਆ ਵੀ ਤਿੰਨ ਤਿੰਨ ਸਾਲ ਪੰਜ ਪੰਜ ਸਾਲ ਦੀ ਸਟੱਡੀ ਕਰਾਉਂਦੇ ਆ, ਵਿਹਲੇ ਆ, ਪੂਰਾ ਦਿਨ ਪੜ੍ਹਦੇ ਆ, ਉਹ ਪੂਰਾ ਘੋਟਾ ਲਵਾ ਦਿੰਦੇ ਆ, ਠੀਕ ਆ। ਹੁਣ ਉੱਥੇ ਘੋਟਾ ਲਾਇਆ ਜਾ ਸਕਦਾ ਆ, ਲਿਖੇ ਹੋਏ ਗ੍ਰੰਥ ਦਾ ਮੰਥਨ ਕਰਵਾਇਆ ਜਾ ਸਕਦਾ ਆ, ਉਹਦੇ ਅਰਥ ਕਰਵਾਏ ਜਾ ਸਕਦੇ ਆ, ਪਰ ਐਟੀਚਿਊਡ ਦਿੱਤਾ ਨਹੀਂ ਜਾ ਸਕਦਾ, ਨਜ਼ਰੀਆ ਨਹੀਂ ਬਣਾਇਆ ਜਾ ਸਕਦਾ, ਉਹ ਆਪਣਾ ਬੰਦੇ ਦਾ, ਕਾਮਨ ਸੈਂਸ ਨਹੀਂ ਦਿੱਤੀ ਜਾ ਸਕਦੀ, ਉਹ ਆਪਣੀ ਆ। ਹੁਣ ਜਿਹਦੇ ਕੋਲ ਕਾਮਨ ਸੈਂਸ ਨਾਂ ਦੀ ਚੀਜ਼ ਹੈਗੀ ਆ, ਉਹ ਹਰੇਕ ਗੱਲ ਨੂੰ, ਹਰੇਕ ਸ਼ਬਦ ਨੂੰ, ਹਰੇਕ ਘਟਨਾ ਨੂੰ ਕਾਮਨ ਸੈਂਸ ਨਾਲ ਦੇਖਦਾ ਲਾ ਕੇ, ਠੀਕ ਆ, ਉਹਦੇ ਵਿੱਚੋਂ ਕੁਛ ਨਵਾਂ ਨਿਕਲਦਾ ਫਿਰ। ਪਹਿਲਾਂ ਵੀ ਗੱਲ ਕਰਦੇ ਸੀਗੇ, ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ, ਇਕੱਠੀ ਕੀਤੀ ਜਾ ਸਕਦੀ ਹੈ, ਉਹਨੂੰ ਤੁਸੀਂ ਕਨਵਰਟ ਕਰਕੇ, ਉਹ ਵੀ ਹਰ ਬੰਦੇ ਦਾ ਆਪਣਾ ਆਪਣਾ ਆ, ਮਤਲਬ ਇਹ ਨਹੀਂ ਕਿ ਹੁਣ ਸਾਨੂੰ ਦੋ ਬੰਦਿਆਂ ਨੂੰ ਸੇਮ ਇਨਫੋਰਮੇਸ਼ਨ ਮਿਲੀ ਹੈ ਕਿ ਦੋਨਾਂ ਦਾ ਜਿਹੜਾ ਗਿਆਨ ਜਿਹੜਾ ਬਣੇਗਾ ਉਹ ਸੇਮ ਹੀ ਬਣੂਗਾ, ਨਾ, ਉਹ ਹਰ ਬੰਦੇ ਦਾ ਆਪਣਾ ਆਪਣਾ ਆ, ਉਸ ਤਰ੍ਹਾਂ ਹੈਗਾ। ਦੂਸਰੀ ਗੱਲ ਉਹ ਜਿਹੜੀ ਪਹਿਲਾਂ ਵੀ ਕਰਦੇ ਸੀਗੇ, ਜਿਹੜਾ ਨਜ਼ਰੀਆ ਬਣਦਾ, ਜਿਹੜਾ ਉੱਥੋਂ ਨਜ਼ਰੀਆ ਬਣਦਾ ਆਉਂਦਾ ਪਿਆ, ਗੁਰੂ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਉਹਦੇ ਬਾਅਦ ਵੀ ਜਦੋਂ ਮੈਂ ਗੁਰੂ ਬਣ ਵੀ ਗਿਆ, ਜੋ ਠੀਕ ਹੈ, ਉਹਦੇ ਨਾਲ ਨਹੀਂ ਤੁਸੀਂ ਜੁੜਨਾ, ਜੋ ਉਹ ਕਾਮਨ ਸੈਂਸ ਨਜ਼ਰੀਆ ਆਪਣਾ ਲੈ ਕੇ, ਕਿਉਂਕਿ ਉਹ ਜਿਹੜੀਆਂ ਉਹਨਾਂ ਦਾ ਜੀਵਨ ਸੀਗਾ,
ਉਹ ਤੇ ਉਸ ਟਾਈਮ ਦਾ ਨਜ਼ਰੀਆ ਤੇ ਉਹਨਾਂ ਦੇ ਆਪਣੀ ਜਿਹੜੀ ਫਿਜ਼ਿਕ ਜਿਹੜੀ ਪ੍ਰੈਕਟੀਕਲ ਲਾਈਫ ਜੀ ਹੈ ਉਹ ਉਦੋਂ ਦਾ ਉਸ ਟਾਈਮ ਤੇ ਜੋ ਵੀ ਵਾਪਰਿਆ ਉਦੋਂ ਦਾ ਉਹ ਆਪਣਾ ਨਜ਼ਰੀਆ ਬਣਾ ਕੇ ਉਸ ਹਿਸਾਬ ਨਾਲ ਜੀਏ ਨਾ ਹੁਣ ਤਾਂ ਉਹਦੇ ਚ ਬਿਲਕੁਲ ਕਿਉਂਕਿ ਜਿਹੜਾ ਜਦੋਂ ਐਟੀਚਿਊਡ ਦੀ ਗੱਲ ਆਉਂਦੀ ਹੈ ਨਾ ਜਦੋਂ ਨਜ਼ਰੀਏ ਦੀ ਤੁਸੀਂ ਗੱਲ ਕਰਦੇ ਹਾਂ ਰਾਈਟ ਉਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣ ਵਾਲੀ ਦੇਖੋ ਤੁਸੀਂ ਮੰਨ ਲਓ ਕੋਈ ਕੰਮ ਸਿੱਖਣ ਲੱਗੇ ਹਾਂ ਹਾਂਜੀ ਕਾਰ ਚਲਾਉਣੀ ਸਿੱਖਦੇ ਹਾਂ ਤੁਸੀਂ ਠੀਕ ਆ ਜਾਂ ਤੁਸੀਂ ਕੋਈ ਜੋਬ ਜੁਆਇਨ ਕਰਦੇ ਹੁਣ ਟਰੱਕ ਟੈਕਸੀ ਦੀ ਜੋਬ ਜਾਂ ਟਰੱਕ ਦੀ ਜੋਬ ਤੁਸੀਂ ਨਵੀਂ ਕੰਪਨੀ ਦੇ ਨਾਲ ਜੁਆਇਨ ਕਰਦੇ ਹਾਂ ਰਾਈਟ ਠੀਕ ਆ ਉਹ ਤੁਹਾਨੂੰ ਕਹਿੰਦੇ ਆ ਵੀ ਆਹ ਲੋਡ ਇੱਥੋਂ ਚੱਕਣਾ ਆ ਤੇ ਫਲਾਨੀ ਜਗ੍ਹਾ ਛੱਡਣਾ ਆ ਰਾਈਟ ਉਹਦਾ ਐਡਰੈਸ ਦੇ ਦਿੰਦੇ ਆ ਠੀਕ ਠੀਕ ਆ ਹੁਣ ਉਹ ਐਡਰੈਸ ਜਿਹੜਾ ਆ ਤੁਸੀਂ ਮੇਨ ਜਿਹੜੀ ਰੋਡ ਆ ਜਿੱਦਾਂ ਹੁਣ ਆਕਲੈਂਡ ਦੇ ਵਿੱਚ ਆ ਮੋਟਰਵੇ ਆ ਨੰਬਰ 1 ਨੌਰਥ ਨੂੰ ਜਾਂਦਾ ਇੱਧਰ ਬਲਿੰਗਟਨ ਤੱਕ ਜਾਂਦਾ ਹਨਾ ਤੁਸੀਂ ਇੱਕ ਇੱਕ ਸਵਰਬ ਤੋਂ ਸਮਾਨ ਚੱਕਿਆ ਆ ਤੇ ਉਹ ਇੱਕ ਨੰਬਰ ਮੋਟਰਵੇ ਦੇ ਉੱਤੇ ਇੱਕ ਥਾਂ ਤੋਂ ਚੱਕ ਕੇ ਤੁਸੀਂ ਉੱਥੇ ਪਾ ਲਿਆ ਜਿੱਦਾਂ ਤੁਹਾਨੂੰ ਰਾਹ ਦੱਸਿਆ ਸੀ ਠੀਕ ਅੱਗੇ ਜਾ ਕੇ ਉਹ ਰਾਹ ਬਲੋਕ ਹੋ ਗਿਆ ਹਾਂਜੀ ਕਿਸੇ ਕਾਰਨ ਕਰਕੇ ਉੱਥੇ ਟ੍ਰੈਫਿਕ ਆ ਜਾਂ ਕੁਛ ਆ ਤੁਸੀਂ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦੇ ਵੀ ਤੂੰ ਇੱਦਾਂ ਕਰ 20 ਨੰਬਰ ਦੇ ਉੱਤੇ ਪਾ ਲਾ ਰਾਈਟ ਠੀਕ ਹੈ ਵੀ ਜਿਹੜਾ ਪਹਿਲਾ ਰਾਹ ਦੱਸਿਆ ਨਾ ਤੈਨੂੰ ਜੇ ਉਹ ਠੀਕ ਨਹੀਂ ਹੈਗਾ ਤੇ 20 ਨੰਬਰ ਤੇ ਪਾ ਕੇ ਤੇ ਉੱਥੇ ਪਹੁੰਚ ਜਾਣਾ ਤੁਸੀਂ ਪਾ ਲਿਆ ਹੁਣ ਉੱਥੇ ਜਿਹੜੇ ਉਹਨੂੰ ਨਾ ਲਿਆ ਨਾ ਤੁਹਾਡੇ ਕੋਲ 20 ਨੰਬਰ ਉਹ ਨਾ ਆਪਣੇ ਆਪ ਚ ਮਹਿਨਾ ਨਹੀਂ ਰਖਾਉਂਦਾ ਮਹਿਨਾ ਇਸ ਕਰਕੇ ਹੀ ਆ ਉਹਦਾ ਸਿਰਫ ਕਿਉਂਕਿ ਜਿਹੜੀ ਮੰਜ਼ਿਲ ਤੇ ਤੁਸੀਂ ਜਾਣਾ ਆ ਬਿਲਕੁਲ ਜਦੋਂ ਦੂਜੀ ਵਾਰ ਕਿਸੇ ਹੋਰ ਮੰਜ਼ਿਲ ਤੇ ਜਾਣਾ ਹੋਇਆ ਫਿਰ 20 ਨੰਬਰ ਤੇ ਕੋਈ ਅਰਥ ਨਹੀਂ ਹੋਣਾ ਠੀਕ ਆ ਉਹ ਅਸਲ ਚ ਇਹ ਕਹਿਣਾ ਚਾਹੁੰਦਾ ਵੀ ਜੇ ਪਹਿਲਾ ਰਾਹ ਜਿਹੜਾ ਤੈਨੂੰ ਦੱਸਿਆ ਗਿਆ ਆ ਜੇ ਉਹ ਬਲੋਕ ਆ ਜੇ ਉਹਦੇ ਉੱਤੇ ਨਹੀਂ ਪਹੁੰਚਿਆ ਜਾ ਸਕਦਾ ਤੇ ਕੋਈ ਹੋਰ ਰਾਹ ਲੱਭ ਲਾ ਬਿਲਕੁਲ ਉਹ ਇਹ ਕਹਿਣਾ ਚਾਹੁੰਦਾ ਬਿਲਕੁਲ ਠੀਕ ਆ ਅੱਛਾ ਹੁਣ ਇੱਕ ਡਰਾਈਵਰ ਉਹ ਆ ਉਹ ਜਦੋਂ ਵੀ ਛੱਡਣ ਤੁਰਦਾ ਕਿਤੇ ਨੂੰ ਸਮਾਨ ਹਾਂਜੀ ਜਦੋਂ ਉਹਨੂੰ ਰਾਹ ਦੇ ਵਿੱਚ ਕਿਤੇ ਪੁਲਿਸ ਖੜੀ ਆ ਜਾਂ ਕੋਈ ਮੁਸ਼ਕਲ ਆਉਂਦੀ ਆ ਉਹ ਉੱਥੋਂ ਟਰੱਕ ਮੋੜਦਾ ਤੇ 20 ਨੰਬਰ ਤੇ ਪਾ ਲੈਂਦਾ ਠੀਕ ਆ ਤੇ ਘੁੰਮ ਘੁੰਮ ਕੇ ਸਾਰਾ 5-6 ਘੰਟੇ ਲਾ ਕੇ ਤੇ ਮੁੜ ਕੇ ਆ ਜਾਂਦਾ ਕਹਿੰਦਾ ਮੈਨੂੰ ਲੱਭਾ ਹੀ ਨਹੀਂ ਜਾਂਦਾ ਠੀਕ ਹੈ ਉਹ ਕਹਿੰਦੇ ਕਿਉਂ ਤੂੰ ਕਹਿੰਦਾ ਵੀ ਮੈਂ ਤੁਸੀਂ ਕਿਹਾ ਸੀ ਵੀ ਜੇ ਉਹ ਨਾ ਹੋਏ ਤਾਂ 20 ਨੰਬਰ ਤੇ ਪਾ ਲਈ ਹਨਾ ਹੁਣ ਇੱਕ ਵਾਰੀ ਜਦੋਂ ਪਹਿਲੀ ਵਾਰ ਹੁਣ ਗੱਲ ਕੀਤੀ ਆ ਉਦੋਂ ਨੌਰਥ ਵਿੱਚ ਸੀ ਡਿਲੀਵਰੀ ਰਾਈਟ ਤੇ ਦੂਜੀ ਵਾਰੀ ਸਾਊਥ ਵਿੱਚ ਸੀ ਡਿਲੀਵਰੀ ਠੀਕ ਆ ਹੁਣ ਜਿਹੜਾ 20 ਨੰਬਰ ਮੋਟਰਵੇ ਆ ਉਹ ਹੈਗਾ ਹੀ ਨੌਰਥ ਦਾ ਆ ਉਹਦੇ ਸਾਊਥ ਵਿੱਚ ਜਾਣ ਦੇ ਕੋਈ ਚਾਂਸ ਨਹੀਂ ਨਹੀਂ ਹੁਣ ਗੁਰੂ ਸਾਹਿਬ ਨਾਲ ਇੱਦਾਂ ਨਹੀਂ ਕਰ ਰਹੇ ਅਸੀਂ ਉਹਨੇ ਜਦੋਂ ਕੋਈ ਗੱਲ ਕਹੀ ਆ ਸਾਨੂੰ ਸਟੇਟਮੈਂਟ ਦਿੱਤੀ ਆ ਉਹ ਇੱਦਾਂ ਹੀ ਸੀ ਵੀ ਕਿਸੇ ਮੰਜ਼ਿਲ ਤੇ ਪਹੁੰਚਣਾ ਸੀ ਕਿਸੇ ਖਾਸ ਸੜਕ ਦਾ ਨਾਂ ਦੱਸ ਦਿੱਤਾ ਉਹਨੇ ਤੇ ਅਸੀਂ ਉਹ ਨਾਂ ਫੜ ਕੇ ਬਹਿ ਗਏ ਬਿਲਕੁਲ ਗੁਰੂ ਸਾਹਿਬ ਨੇ ਕਿਹਾ ਸੀ ਇੱਦਾਂ ਕਰ ਲਿਓ ਜਿਹੜੀ ਵਾਰ ਵਾਰ ਗੱਲ ਕਰਦੇ ਹਾਂ ਅਸੀਂ ਤੇ ਮੂੰਹ ਵੀ ਨਹੀਂ ਉੱਧਰ ਕੀਤਾ ਹਾਂ ਜਿਹੜਾ ਹੁਣ ਨਾ ਅੱਜ ਤੋਂ ਅਸੀਂ ਬਰਗਾੜੀ ਦੇ ਮੋਰਚੇ ਦੀ ਗੱਲ ਕਰਦੇ ਸੀ ਹਨਾ ਹੁਣ ਇਹ ਜਿਹੜੇ ਮੰਡ ਹੁਣੀ ਆ ਦਾਦੂ ਵਾਲ ਹੁਣੀ ਆ ਮਾਨ ਹੁਣੀ ਆ ਇਹ ਬੰਦੇ ਹੈਗੇ ਆ ਜਿੱਦਾਂ ਸਿਆਸਤ ਤੋਂ ਮੋਟੀਵੇਟਡ ਆ ਰਾਈਟ ਠੀਕ ਆ ਇਹ ਕੁਛ ਇਹ ਹੁਣ ਦਾਦੂ ਵਾਲ ਨੇ ਵੀ ਸੰਤ ਜਿਹੜਾ ਆ ਨਾਂ ਦਾ ਹੀ ਲਿਖਾਇਆ ਸੀਗਾ ਜਦੋਂ ਉਹਨੂੰ ਬੋਲਦੇ ਨੂੰ ਸੁਣਦੇ ਆ ਤੁਸੀਂ ਤਾਂ ਮਾਝੀ ਆ ਠੀਕ ਹੈ ਮਾਝੀ ਕਥਾਕਾਰ ਥੋੜੀ ਰਹਿਣਾ ਚਾਹੁੰਦਾ ਠੀਕ ਹੈ ਉਹ ਪੋਲੀਟੀਕਲੀ ਗਾਹਾਂ ਕੁਛ ਨਾ ਕੁਛ ਬਣਨਾ ਚਾਹੁੰਦਾ ਲੀਡਰਾਂ ਵਾਂਗ ਇੱਦਾਂ ਠੀਕ ਹੈ ਉਹ ਤਾਂ ਬਹਾਨਾ ਆ ਉਹਨਾਂ ਦਾ ਉਹ ਤਾਂ ਸ਼ੁਰੂਆਤੀ ਸਟੈਪ ਆ ਹੁਣ ਗਿਆਨੀ ਜੈਲ ਸਿੰਘ ਜਿਹੜਾ ਉਹ ਵੀ ਕਿਸੇ ਗਿਆਨੀ ਸੀਗਾ ਗਿਆਨੀ ਕੀਤੀ ਉਹ ਆਪਣੀ ਠੀਕ ਹੈ ਅੱਛਾ ਪਾਠੀ ਕਥਾਕਾਰ ਮਾੜਾ ਮੋਟਾ ਇੱਦਾਂ ਇੱਥੋਂ ਗਿਆ ਠੀਕ ਹੈ
ਠੀਕ ਹੈ, ਜਿਹੜਾ ਬੰਦਾ ਕਿਉਂਕਿ ਇਹ ਤਾਂ ਇੰਟਰੈਂਸ ਆ ਤੁਹਾਡੀ, ਹਾਂਜੀ, ਜਦੋਂ ਜਦੋਂ ਜਿਹੜੇ ਸਿੱਖਾਂ ਦੇ ਲਈ ਜਾਣੀ ਵੀ ਗ੍ਰੰਥੀ ਰਾਗੀ ਗੁਰਦੁਆਰੇ ਦੇ ਵਿੱਚ ਬਣਨਾ ਜਿਹੜਾ ਆ, ਹਨਾ, ਹੁਣ ਜਿੰਨੇ ਜਥੇਦਾਰ ਆ ਸਾਡੇ ਬਹੁਤ ਸਾਰੇ ਬੰਦੇ ਇੱਦਾਂ ਹੀ ਬੜੇ ਆ ਵਿੱਚ, ਗ੍ਰੰਥੀਆਂ ਪਾਠੀਆਂ ਵਾਂਗ ਜਾਣੀ, ਹਨਾ, ਹੁਣ ਇਹ ਸਾਡੇ ਬੰਦਿਆਂ ਦੇ ਵਸ ਦਾ ਕੰਮ ਨਹੀਂ ਹੈਗਾ, ਇਹ ਮੰਡ ਹੁਣੀ ਵੀ ਜੇ ਕੀਤਾ, ਚਲੋ ਆ ਜਿਹੜੀ ਦਾਦੂ ਵਾਲ ਦੀ ਵੀ ਆਪਾਂ ਗੱਲ ਕਰਦੇ ਸੀਗੇ ਉਹ ਤਾਂ ਖੇਡ ਆ ਉਹਨਾਂ ਦੀ, ਠੀਕ ਆ, ਵੀ ਉਹ ਮੰਡ ਨੇ ਮੋਰਚਾ ਚੱਕ ਦਿੱਤਾ, ਦਾਦੂ ਵਾਲ ਗੁੱਸੇ ਹੋ ਗਿਆ, ਹੁਣ ਸਾਡੇ ਬੰਦੇ ਉਹ ਚੱਕ ਕੇ ਉਹਦੀਆਂ ਸਟੇਟਮੈਂਟਾਂ ਕਿੰਨਿਆਂ ਬੰਦਿਆਂ ਨੇ ਸ਼ੇਅਰ ਕੀਤੀਆਂ ਸੀ ਵੀ ਦਾਦੂ ਵਾਲ ਜੀ ਇੱਦਾਂ, ਹਨਾ, ਇਹੀ ਉਹ ਚਾਹੁੰਦੇ ਆ ਬਿਲਕੁਲ, ਵੀ ਜਿਹੜਾ ਤੁਹਾਡਾ ਗੁੱਸਾ ਆ ਜਿਹੜੀ ਗੱਲ ਆ ਤੁਹਾਡੀ, ਹਾਂਜੀ, ਉਹ ਜੇ ਉਧਰੋਂ ਪ੍ਰੋਬਲਮ ਬਣਦੀ ਆ ਤੇ ਦੂਜੇ ਪਾਸੇ ਤੁਹਾਡਾ ਮਸਲਾ ਹੱਲ ਹੋ ਜਾਵੇ, ਠੀਕ ਹੈ ਨਾ, ਦੋ ਬੰਦੇ ਇਕੱਠੇ ਚੱਲੇ ਸੀਗੇ, ਹਾਂ, ਹੁਣ ਤਾਂ ਉੱਥੇ ਸੰਗਤ ਵੀ ਜਿਹੜੀ ਸੀਗੀ, ਹਾਂਜੀ, ਤੇ ਹੁਣ ਸੰਗਤ ਵੰਡੀ ਗਈ, ਇਹਨਾਂ ਚੋਂ ਇੱਕ ਬੰਦੇ ਨੇ ਉਹ ਨਾ ਉਹਨਾਂ ਸਾਈਡ ਆ ਗਿਆ, ਬਸ ਦੂਜੀ ਟੀਮ ਸਾਈਡ ਹੋ ਗਿਆ, ਮਤਲਬ ਕਾਬੂ ਕਰਕੇ ਰੱਖਿਆ ਦੋਨਾਂ ਨੇ, ਦੋਨੋਂ ਪਲੇਅਰਾਂ ਨੇ, ਇਹ ਸਾਰੇ ਅਲੱਗ ਅਲੱਗ ਸੇਮ ਟੀਮ ਸੇਮ ਮਤਲਬ ਕਿ ਟੀਚੇ ਤੇ ਲੈ ਕੇ ਜਾਣ ਲਈ, ਬੰਦਿਆਂ ਨੂੰ ਇਕੱਠੇ ਰੱਖੇ ਇੱਕ ਜਗ੍ਹਾ ਰੱਖੇ ਕਰਨ ਲਈ, ਆਪਸ ਚ ਡਰਾਮਾ ਜਾ ਖੇਡ ਕਰੀ ਜਾ ਰਿਹਾ, ਜੇ ਜੇ ਪ੍ਰੋਬਲਮ ਬਣੇ ਹਾਂਜੀ ਇੱਥੇ ਇਕੱਠੇ ਹੋ ਜਾਏ। ਸਾਡੇ ਨਾਲ ਹੋਰ ਸਰੋਤੇ ਆ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਗੁਰੂ ਫਤਿਹ ਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ, ਮੜ ਜਾ ਉੱਚੀ ਬੋਲਿਓ ਜੀ। ਹੈਲੋ, ਫੋਨ ਕੱਟਿਆ ਗਿਆ ਜੀ। ਚਲੋ ਜੀ ਦੁਬਾਰਾ ਆਊਗਾ ਜੀ। ਉਹਦੇ ਪਹਿਲੇ ਦੋਨਾਂ ਨੇ ਇਕੱਠੇ ਇੱਕੋ ਟੀਮ ਵਿੱਚ ਸੀਗੇ, ਸਾਰਿਆਂ ਨੂੰ ਫੜ ਕੇ ਰੱਖਿਆ ਸੀਗਾ, ਹੁਣ ਫਿਰ ਬੰਦੇ ਸਾਰੇ ਸੇਮ ਨੇ, ਫਿਰ ਵੀ ਦੋਨਾਂ ਨੇ ਫੜ ਕੇ ਰੱਖਿਆ ਹੋਇਆ, ਕਿਤੇ ਨੀ ਜਾਣਗੇ। ਨਹੀਂ ਨਹੀਂ ਨਹੀਂ, ਉਹ ਕੁਛ ਉਧਰ ਬਾਹਰਲੇ ਹੀ ਗੇਮ ਖੇਡਦੇ ਆ ਕਿ ਸਾਡੇ ਬੰਦਿਆਂ ਨੂੰ ਪਤਾ ਨੀ। ਹੁਣ ਪੰਥਪ੍ਰੀਤ ਹੁਣੀ ਤਾਂ ਜਾ ਕੇ ਕੁੱਦ ਪਏ ਸੀ, ਹੁਣ ਜਦੋਂ 15 ਦੇ ਵਿੱਚ ਇਹ ਉਸ ਵੇਲੇ ਮੰਡ ਹੁਣੀ, ਮਾਨ ਹੁਣੀ, ਅਮਰੀਕ ਸਿੰਘ ਜਨਾਲੇ ਹੁਣੀ, ਇਹਨਾਂ ਨਾਲ ਆ ਕੇ ਬੈਠੇ ਆ, ਇਹਨਾਂ ਤੋਂ ਉਦੋਂ ਕੋਈ ਗੇਮ ਨੀ ਖੇਡੀ ਗਈ, ਉਦੋਂ ਇਹਨਾਂ ਕੋਲ ਗੋਲਡਨ ਅਪਰਚੁਨਿਟੀ ਸੀ ਜਾਣੀ। ਜੇ ਪੰਥਪ੍ਰੀਤ ਹੁਣੀ ਇੱਦਾਂ ਨੀਤੀ ਨੂੰ ਸਮਝਦੇ ਹੁੰਦੇ ਤੇ ਉਹ ਬੈਸਟ ਆਪਸ਼ਨ ਸੀ ਇਹਨਾਂ ਕੋਲ ਉਦੋਂ, ਵੀ ਜਦੋਂ ਉਹ ਆ ਕੇ ਬੈਠੇ ਸੀ ਉਦੋਂ ਪਰੇ ਹੋ ਕੇ ਇੱਕਦਮ ਆਪਣੀ ਪਲਾਨ ਬਣਾਉਂਦੇ, ਇੱਕ ਗਰੁੱਪ ਜਿਹੜਾ ਆ ਉਹ ਬਾਈਕਾਟ ਕਰ ਦਿੰਦਾ ਉਹਨਾਂ ਦਾ, ਵੀ ਜੇ ਮੋਰਚਾ ਲੱਗਾ ਗੁਰੂ ਗ੍ਰੰਥ ਸਾਹਿਬ ਦੀ ਸਥਾਪਤੀ ਦੇ ਲਈ, ਜਿਹੜੇ ਬੰਦੇ 10 ਗ੍ਰੰਥ ਨੂੰ ਮਾਨਤਾ ਦਿੰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਸ਼੍ਰੀ ਖੜਾ ਕਰਨਾ ਚਾਹੁੰਦੇ ਆ, ਉਹਨਾਂ ਦਾ ਕੋਈ ਕੰਮ ਨਹੀਂ ਇੱਥੇ ਹੋਣਾ ਚਾਹੀਦਾ, ਅਸੀਂ ਬਾਈਕਾਟ ਕਰਦੇ ਹਾਂ, ਬਿਲਕੁਲ ਠੀਕ ਆ। ਉਹ ਤੇ ਦੋਵੇਂ ਧਿਰਾਂ ਸਟੇਟਮੈਂਟ ਦੇਈ ਜਾਂਦੀ ਆ, ਜਿਹੜੀ ਧਿਰ ਸਫਲ ਹੋ ਜਾਂਦੀ ਉਸ ਪਾਸੇ ਨੂੰ ਤੁਰ ਪੈਂਦੇ, ਠੀਕ ਆ। ਪਰ ਉਹ ਜਿੱਦਾਂ ਮੈਂ ਅੱਜ ਦਿਨੇ ਵੀ ਇਸ ਤਰ੍ਹਾਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਵੀ ਦੇਖੋ ਹਰੇਕ ਥਾਂ ਦੇ ਨਿਯਮ ਹੁੰਦੇ ਆ, ਠੀਕ ਆ, ਹਰੇਕ ਗੇਮ ਖੇਡਣ ਦੇ ਰੂਲ ਹੁੰਦੇ ਕੁਛ, ਜੇ ਤੁਸੀਂ ਉਹ ਗੇਮ ਖੇਡਣੀ ਆ ਨਾ ਤੁਹਾਨੂੰ ਉਹਨਾਂ ਰੂਲਾਂ ਨਾਲ ਖੇਡਣੀ ਪੈਣੀ ਆ, ਬਿਲਕੁਲ ਬਿਲਕੁਲ, ਠੀਕ ਆ। ਜੇ ਤੁਸੀਂ ਹੁਣ ਕੋਈ ਬੰਦਾ ਕਹੇ ਵੀ ਮੈਂ ਸੌਕਰ ਖੇਡਣਾ, ਹਨਾ, ਪਰ ਖੇਡਣਾ ਹੱਥਾਂ ਨਾਲ ਆ, ਮੈਂ ਹੱਥ ਲਾ ਕੇ ਖੇਡਣਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਤੁਸੀਂ ਇੱਕ ਵਾਰੀ ਹੱਥ ਲਾ ਦਿੱਤਾ ਨਾ ਤੇ ਉੱਥੇ ਫਾਉਲ ਮਿਲਣਾ ਤੈਨੂੰ, ਤੇਰੇ ਵਿਰੁੱਧ ਇੱਕ ਫ੍ਰੀ ਕਿੱਕ ਮਿਲਣੀ ਆ ਦੂਜੀ ਧਿਰ ਨੂੰ, ਹਨਾ, ਵੀ ਬਦਕਿਸਮਤੀ ਨਾਲ ਜੇ ਤੂੰ ਉਹ ਕਿਤੇ ਡੀ ਦੇ ਅੰਦਰ ਲਾ ਦਿੱਤਾ ਆਪਣੀ ਸਾਈਡ ਆਪਣੇ ਪਾਸੇ ਪੁੱਲਾਂ ਦੇ ਨੇੜੇ ਨੇੜੇ ਲਾ ਦਿੱਤਾ ਉਹਦਾ ਇੱਕ ਸਰਟਨ ਏਰੀਆ ਆ, ਫਿਰ ਪੈਨਲਟੀ ਮਿਲ ਜਾਣੀ ਆ, ਫਿਰ ਤਾਂ ਮੂਹਰੇ ਗੋਲਕੀਪਰ ਤੋਂ ਬਿਨਾਂ ਖੜਾ ਕੋਈ ਨਹੀਂ ਹੋਣਾ, ਠੀਕ ਆ। ਵੀ ਜੇ ਤੂੰ ਨਿਯਮ ਨਹੀਂ ਸਮਝਦਾ ਫਿਰ ਨਾ ਖੇਡ, ਜੇ ਤੂੰ ਹੱਥਾਂ ਨਾਲ ਖੇਡਣਾ ਚਾਹੁੰਦਾ ਫਿਰ ਵਾਲੀਬਾਲ ਖੇਡ ਲਾ, ਬਾਸਕਟਬਾਲ ਖੇਡ ਲਾ, ਹੈਂਡਬਾਲ ਖੇਡ ਲਾ,
ਉਹ ਗੇਮਾਂ ਹੈਗੀਆਂ ਹੈਨਾ। ਹੁਣ ਸਾਡੇ ਬੰਦੇ ਜਾਣੀ ਗੇਮ ਵੀ ਖੇਡਣੀ ਚਾਹੁੰਦੇ ਆ, ਰੂਲ ਵੀ ਨੀ ਸਮਝਣੇ ਚਾਹੁੰਦੇ, ਠੀਕ ਹੈ, ਜਿਹੜੇ ਆਪ ਨੂੰ ਪਤਾ ਆ ਉਹਨਾਂ ਨਾਲ ਹੀ ਖੇਡਣਾ ਚਾਹੁੰਦੇ ਆ। ਬਿਲਕੁਲ ਬਿਲਕੁਲ, ਦੋਨਾਂ ਦਾ ਟੀਚਾ ਤਾਂ ਇੱਕੋ ਹੀ ਹੈ ਨਾ, ਚਾਹੇ ਮੰਡ ਦਾਦੂਵਾਲ, ਦੋਨਾਂ ਨੇ ਤੁਹਾਨੂੰ ਇੱਕੋ ਜਗ੍ਹਾ ਲੈ ਕੇ ਜਾਣਾ, ਚਾਹੇ ਆਪਸ ਚੋ ਜਿੱਦਾਂ ਮਰਜ਼ੀ ਹੋਣ, ਤੁਸੀਂ ਇੱਕੋ ਜਗ੍ਹਾ ਜਾਓਗੇ ਉਹਨਾਂ ਨੂੰ ਫੋਲੋ ਕਰੋਗੇ ਤੇ ਕੋਈ ਸ਼ੱਕ ਨੀ ਜੀ। ਇਹ ਆ ਨਾ ਜਿਹੜੇ ਜਿਹੜੇ ਸਾਡੇ ਚਲੋ ਵੀਰ ਜਿਹਦਾ ਫੋਨ ਆਇਆ ਸੀ ਦੁਬਾਰਾ, ਉਹ ਜੀ ਆਪਾਂ ਜਾਂ ਤਾਂ ਉਹਨੂੰ ਕਰਕੇ ਦੇਖ ਲਈਏ, ਰਾਈਟ, ਕਿਉਂਕਿ ਅਸੀਂ ਆਪਣੀ ਗੱਲਬਾਤ ਜਿਹੜੀ ਆ ਉਹ ਸ਼ੁਰੂ ਕਰਨੀ ਆ, ਠੀਕ ਹੈ, ਫਿਰ ਇੱਦਾਂ ਨਾ ਹੋਵੇ ਵੀ ਉਹ ਸਾਡੀ ਗੱਲ ਦੇ ਵਿੱਚ ਫਿਰ ਡਿਸਟਰਬੈਂਸ ਕਰੇ, ਹੈ ਨਾ। ਸਾਨੂੰ ਫਾਇਦਾ ਤਾਂ ਆ ਵੀ ਅਸੀਂ ਉਹ ਜਿਹੜੀ ਵੀਡੀਓ ਕਰਨੀ ਆ, ਠੀਕ ਹੈ, ਉਹ ਵੀਡੀਓ ਅੱਜ ਮੁਕਾ ਲਾਂਗੇ ਆਪਾਂ, ਰਾਈਟ, ਹੈ ਨਾ, ਪੰਜ ਸੱਤ ਮਿੰਟ ਦੀ ਹੈ ਮੈਂ ਕਿਹਾ ਤੇ ਹਾਂਜੀ, ਪਰ ਫਿਰ ਵੀ ਉਹ ਤੇ ਗੱਲ ਕਰਦਿਆਂ ਨੂੰ ਸਾਨੂੰ, ਹੈ ਨਾ, ਠੀਕ, ਹੁਣ ਚੱਕ ਨਹੀਂ ਰਿਹਾ, ਚਲੋ ਭਾਈ ਠੀਕ ਹੈ, ਨਹੀਂ ਚੱਕਣਾ ਤਾਂ ਨਾ ਸਹੀ, ਪਰ ਹੁਣ ਫਿਰ ਸਾਨੂੰ ਦੋ ਚਾਰ ਮਿੰਟ ਦੇ ਵਿੱਚ ਨਾ ਆਇਆ ਫੋਨ, ਠੀਕ ਹੈ, ਹਾਂਜੀ, ਤਾਂ ਫਿਰ ਡਿਸਟਰਬ ਨਾ ਕਰੀ ਬਾਈ, ਠੀਕ ਹੈ, ਕਿਉਂ ਇਹ ਡਿਪੈਂਡ ਕਰਦਾ ਭਾਈ ਆ ਲਓ ਜੀ, ਹਰਨੇਕ ਤੇਰੀ ਕੁੜੀ ਦੀ, ਹਰਨੇਕ ਤੇਰੀ ਮਾਂ ਦੀ, ਬਸ ਆ ਯਾਨੀ ਟਕਸਾਲ ਦੇ ਵਿੱਚੋਂ ਆ ਬ੍ਰਹਮ ਗਿਆਨ ਇਹਨਾਂ ਨੂੰ, ਠੀਕ ਹੈ, ਇਹਨੀ ਇਹ ਗੱਲਾਂ ਕਹਿ ਕੇ, ਹਾਂਜੀ, ਹੈ ਨਾ, ਵੀ ਇਹ ਇਹ ਚਾਹੁੰਦੇ ਆ ਵੀ ਇਹ ਜਿਹੜਾ ਜਿਹੜਾ ਭਿੰਡਰਾਂ ਵਾਲੇ ਦਾ ਦਬਾਅ ਮੰਨੋ, ਹੈ ਨਾ, ਡਰ ਮੰਨੋ ਉਹਦਾ, ਵੀ ਨਹੀਂ ਤਾਂ ਫਿਰ ਜੇ ਨਾ ਹੋਇਆ ਫਿਰ ਤੇਰੀ ਮਾਂ ਦੀ, ਤੇਰੀ ਭੈਣ ਦੀ, ਤੇਰੀ ਨਹੀਂ ਤਾਂ ਹੁਣ ਕਿਉਂਕਿ ਮੈਂ ਪੋਸਟ ਪਾਈ ਸੀ ਨਾ ਦਿਨੇ, ਹਾਂਜੀ, ਜਦੋਂ ਤੁਸੀਂ ਕਿਸੇ ਵੀ ਬੰਦੇ ਨੂੰ, ਜਿਹੜਾ ਬੰਦਾ ਹੁਣ ਮੰਗਲ ਸਿੰਘ ਨੂੰ ਵੀ ਉਹ ਚੈਟ ਕੀਤਾ ਸੀ ਇਹਨਾਂ ਨੇ, ਠੀਕ ਹੈ, ਦਵਿੰਦਰ ਨੂੰ ਤਾਂ ਕਰੀ ਰੱਖਦੇ ਆ ਜਰਮਨ ਵਾਲੇ ਨੂੰ, ਫੇਰ ਕਰਕੇ ਫੇਰ ਦੇ ਗਾਲਾਂ ਕਿਆ, ਟੱਬਰ ਦੀਆਂ ਫੋਟੋ, ਨਿਆਣੇ ਵੀਰਨਾ ਦੀਆਂ, ਪ੍ਰਭਜੀਤ ਜਿੰਨੀਆਂ ਫੋਟੋ ਲੱਭਦੀਆਂ ਇਹਨਾਂ ਨੂੰ ਚੱਕ ਚੱਕ ਕੇ ਪਾ ਪਾ ਕੇ ਉੱਥੇ ਉਹਦੇ ਉੱਤੇ ਉਲਟਾ ਸਿੱਧਾ ਲਿਖ ਕੇ ਇੱਦਾਂ ਬਕਵਾਸ ਕਰਦੇ ਆ ਜੀ, ਹੈਨਾ। ਹੁਣ ਸਾਡਾ ਸਵਾਲ ਇਹ ਆ ਵੀ ਜਦੋਂ ਤੁਸੀਂ ਕਹਿੰਦੇ ਆ ਵੀ ਅਸੀਂ ਅਗਲੇ ਨੂੰ ਗਾਲਾਂ ਕੱਢ ਕੇ ਜਾਂ ਇੱਦਾਂ ਕਰਕੇ ਡਰਾ ਕੇ, ਇਹਦਾ ਮਤਲਬ ਇਹਦਾ ਕੋਡ ਵਰਡ ਇਹਨਾਂ ਦਾ ਇਹ ਆ ਵੀ ਇੰਜਣ ਕਰਨਾ ਇਹਦਾ, ਹੈਨਾ, ਵੀ ਜਾਂ ਫਲਾਨੇ ਦਾ ਇੰਜਣ ਕਰ ਦਿੱਤਾ, ਠੀਕ ਆ, ਤੇ ਜਾਂ ਫਲਾਨੇ ਨੂੰ ਐਡ ਕਰੋ ਵੀ ਉਹਦਾ ਇੰਜਣ ਕਰੀਏ, ਹੈਨਾ। ਗੁਰਪ੍ਰੀਤ ਵੀ ਕਹਿੰਦਾ ਹੁੰਦਾ ਕੈਲੀਫੋਰਨੀਆ ਵਾਲਾ ਵੀ ਇਹ ਇਹ ਜਿਹੜੇ ਆ ਇੰਜਣ ਮਹਿਕਮੇ ਵਾਲੇ ਉਹਨਾਂ ਦੇ ਹਵਾਲੇ ਕਰੋ ਇਹਨਾਂ ਨੂੰ, ਠੀਕ ਹੈ, ਠੀਕ ਆ। ਹੁਣ ਇਹਨਾਂ ਦੇ ਚੰਗੇ ਚੰਗੇ ਜਿਹੜੇ ਬੰਦੇ ਆ ਨਾ ਉਹਨਾਂ ਦੀਆਂ ਆਈਡੀਆਂ ਕਈ ਕਈ ਜਿਹੜੀਆਂ ਆ ਗਲਤ ਨਾਵਾਂ ਦੇ ਉੱਤੇ, ਕਿਉਂਕਿ ਜਿਹੜਾ ਬੰਦਾ ਇੰਡੀਆ 'ਚ ਬੈਠਾ ਆ ਉਹਨੇ ਅਮੈਰੀਕਾ ਦਾ ਨੰਬਰ ਲੈ ਕੇ ਉਹ ਫੇਸਬੁੱਕ ਆਪਣਾ ਜਿਹੜਾ ਵਟਸਐਪ ਦੇ ਉੱਤੇ ਅਕਾਊਂਟ ਬਣਾਇਆ ਆ, ਅਮੈਰੀਕਾ ਵਾਲੇ ਨੇ ਦੁਬਈ ਦਾ ਲੈ ਕੇ ਬਣਾਇਆ ਆ, ਕਿਸੇ ਨਿਊਜ਼ੀਲੈਂਡ ਵਾਲੇ ਨੇ ਹੋਰ ਕਿਤੇ ਦਾ ਬਣਾਇਆ ਆ, ਇੱਦਾਂ, ਠੀਕ ਆ, ਇੱਦਾਂ ਹੋਇਆ ਹੋਆ ਗਲਤਨਾਮਾਂ ਦੇ ਉੱਤੇ ਉੱਤੇ ਰਜਿਸਟਰ ਹੋਇਆ ਹੋਆ, ਠੀਕ ਹੈ, ਠੀਕ ਆ। ਤੇ ਉਹ ਵੀ ਜਿਹੜੇ ਜਿਹੜੇ ਕੀਤੇ ਹੋ ਵੀ ਹੈ ਨਾ ਨੰਬਰ ਵੀ ਨਹੀਂ, ਇਹਨਾਂ ਚੋਂ ਕੋਈ ਵੀ ਬੰਦਾ ਤੁਸੀਂ, ਪਹਿਲੀ ਗੱਲ ਤਾਂ ਇਹ ਆ ਅੱਧੋਂ ਵੱਧ ਬੰਦਿਆਂ ਨੂੰ ਤਾਂ ਤੁਸੀਂ ਫੋਨ ਕਰੋ ਤੇ ਉਹ ਉਹ ਹੁੰਦੇ ਨਹੀਂ ਉਹਦੇ ਉੱਤੇ, ਠੀਕ ਹੈ, ਠੀਕ ਆ। ਉਹਦਾ ਕਾਰਨ ਕੀ ਆ ਭਈ ਸਿਮ ਲੈਂਦੇ ਆ, ਸਿਮ ਲੈ ਕੇ ਫੋਨ 'ਚ ਪਾਉਂਦੇ ਆ, ਉਹ ਨੰਬਰ ਦੇ ਨਾਲ ਵਟਸਐਪ ਰਜਿਸਟਰ ਕਰਦੇ ਆ, ਜਦੋਂ ਸਾਰਾ ਕੁਛ ਹੋ ਗਿਆ ਤੇ ਸਿਮ ਕੱਢ ਕੇ ਸਿੱਟ ਦਿੰਦੇ ਆ, ਠੀਕ ਹੈ, ਠੀਕ ਆ, ਤੇ ਫੋਨ ਜਿਹੜਾ ਆ ਉਹ ਆਪਣਾ ਹੋਰ ਨੰਬਰ ਵਾਲਾ ਸਿਮ ਪਾ ਲੈਂਦੇ, ਠੀਕ ਆ। ਹੁਣ ਵਟਸਐਪ ਹੋਰ ਨੰਬਰ ਤੇ ਚੱਲ ਰਿਹਾ ਆ ਤੇ ਉਦਾਂ ਫੋਨ ਹੋ ਰਿਹਾ, ਨੋਰਮਲ ਫੋਨ ਹੋ ਰਿਹਾ, ਠੀਕ ਆ, ਕਾਲ ਜਾਂਦੀ ਘੱਟ ਆ, ਠੀਕ ਆ, ਆਪਣੇ ਕੋਲ ਰੱਖੇ ਕੁਛ ਰੱਖੀਆਂ ਪ੍ਰੋਵਿਜ਼ਨਾਂ ਵੀ ਜਦੋਂ ਜੀ ਕਰਦਾ, ਫਿਰ ਬੇਟਾਈਮਾ ਫੋਨ ਕਰਨਾ ਇਹਨਾਂ ਨੇ,
ਹੁਣ ਜੇ ਤੁਹਾਡਾ ਤੁਸੀਂ ਕਹਿੰਦੇ ਆ ਵੀ ਇੱਦਾਂ ਇੰਜਣ ਕਰਕੇ ਅਸੀਂ ਅਗਲੇ ਨੂੰ ਸੂਤ ਕਰਦੇ ਹਾਂ, ਠੀਕ ਕਰਦੇ ਹਾਂ, ਹਨਾ, ਹੁਣ ਸਵਾਲ ਇਹ ਹੁੰਦਾ ਵੀ ਕੀ ਗਿੱਲ ਨੇ ਫਿਰ ਟਕਸਾਲ ਦਾ ਇੰਜਣ ਕੀਤਾ ਸੀ? ਬਿਲਕੁਲ ਇੱਦਾਂ ਹੀ ਹੈ। ਹੁਣ ਆਪਣੀ ਵਾਰ ਤੁਸੀਂ ਫਿਰ ਪਿੱਟ ਸਿਆਪਾ ਪਾਉਂਦੇ ਹਾਂ, ਹਨਾ, ਵੀ ਜਦੋਂ ਉਹ ਪਿੱਛੇ ਅਸੀਂ ਫੋਟੋ ਪਾਈ ਸੀ ਉਹ 40-50 ਜਣੇ ਗਿੱਲ ਦੇ ਮੂਹਰੇ ਖੜ ਕੇ ਕੀਰਤਨ ਕਰਨ ਲੱਗੇ ਉਹ ਆਏ ਬਾਜਾ ਲੈ ਕੇ, ਹਨਾ, ਵੀ ਉਹਨਾਂ ਦਾ ਸਾਰਿਆਂ ਦੇ ਇੰਜਣ ਕਰ ਦਿੱਤੇ ਸੀ। ਬਿਲਕੁਲ। ਹੁਣ ਜਿਹੜੇ ਜਿਹੜੇ ਬੰਦੇ ਪਰਿਵਾਰ ਦੇ ਹੈਗੇ, ਹੁਣ ਅਮਰੀਕ ਸਿੰਘ ਦੀ ਲੜਕੀ ਆ, ਉੱਧਰ ਦੁਨੀਆਂ ਤਾਂ ਮਰ ਗਈ, ਰਾਈਟ, ਅੰਦਰ ਹਜ਼ਾਰਾਂ ਕਤਲ ਹੋ ਗਏ, ਹਨਾ, ਤੇ ਸਾਡੇ ਆਗੂਆਂ ਨੇ ਆਪਣੀਆਂ ਪਤਨੀਆਂ ਤੇ ਆਪਣੀਆਂ ਲੜਕੀਆਂ ਬਾਹਰ ਕੱਢ ਦਿੱਤੀਆਂ, ਹਨਾ। ਹੁਣ ਉਹ ਪਰਿਵਾਰਾਂ ਦੇ ਜਿਹੜੇ ਜਿਹੜੇ ਮੈਂਬਰ, ਜਦੋਂ ਜਦੋਂ ਅਸੀਂ ਕਈ ਦਾ ਕੁਛ ਉਦੋਂ ਭਿੰਡਰਾਂ ਵਾਲੇ ਦੀ ਗੱਲ ਦੇ ਉੱਤੇ ਨਾਂ ਤੇ ਕਿੱਦਾਂ ਪਿੱਟ ਸਿਆਪਾ ਪੈ ਗਿਆ ਸੀ ਫਿਰ ਜਾਣੀ, ਨਹੀਂ, ਹੁਣ ਬਾਕੀਆਂ ਦੀ ਜਿਹੜੀ ਇੱਜ਼ਤ ਆ ਉਹ ਕੋਈ ਇੱਜ਼ਤ ਨਹੀਂ, ਬਾਕੀਆਂ ਦੀਆਂ ਔਰਤਾਂ ਕੋਈ ਔਰਤਾਂ ਨਹੀਂ, ਹਨਾ। ਹੁਣ ਆ ਜਿਹੜਾ ਔਨੇਰ ਕਹਿ ਕੇ ਗਿਆ ਜਾਣੀ, ਜਿਹਨੇ ਉੱਦਣ ਵੀ ਭੈਣ ਦੀ ਗੱਲ ਕੱਢੀ ਸੀ, ਹਨਾ, ਵੀ ਤੁਸੀਂ ਇਹ ਕੋਈ ਤਰੀਕਾ ਥੋੜਾ ਹੋ ਗਿਆ ਤੁਹਾਡਾ, ਤੁਹਾਨੂੰ ਮੂਹਰਿਓ ਕੋਈ ਸਵਾਲ ਪੁੱਛੂਗਾ, ਹਨਾ, ਤੇ ਉਹ ਪੁੱਛਣਾ ਤਾਂ ਹੈਗਾ ਹੀ ਅਗਲੇ ਨੇ। ਹੁਣ ਕੀ ਤੁਹਾਡੇ ਪਰਿਵਾਰਾਂ ਦੇ ਇੰਜਣ ਕਰ ਦਿੱਤੇ? ਉਹਨੇ ਇੱਦਾਂ ਹੀ ਕੀਤੇ ਹੋਣਗੇ, ਨਹੀਂ, ਅਗਲੀ ਦੂਜੀ ਟੀਮ ਵਾਲੇ ਉਹ ਵੀ ਤਾਂ ਇੱਦਾਂ ਹੀ ਕਹਿੰਦੇ ਹੋਣਗੇ, ਕੇਪੀਐਸ ਗਿੱਲ ਦੀ ਜਿਹੜੀ ਟੀਮ ਹੋਗੀ ਉਹ ਤਾਂ ਇੱਦਾਂ ਹੀ ਕਹਿੰਦੇ ਹੋਣਾ ਅਸੀਂ ਇੰਜਣ ਕਰਕੇ ਆਏ ਆ ਅੱਜ 10-15 ਦਾ, ਹਨਾ, ਆਹੋ, ਨਹੀਂ ਹੁਣ ਨਾਲੇ ਉਹ ਅਗਲੇ ਕਹਿੰਦੇ ਹੋਣੇ ਆ ਵੀ ਦੇਖ ਲਓ 95-96 ਦੇ ਇੰਜਣ ਕੀਤੇ ਹੋ ਵਾ, ਹਨਾ, ਮੁੜ ਕੇ ਐਨ ਗੱਡੀਆਂ ਸਾਰੇ ਸਮੂਥ ਚੱਲਦੀਆਂ ਹੋਣਗੀਆਂ, ਹਨਾ, ਅਗਲੇ ਕਹਿਣ ਵੀ ਟਕਸਾਲ ਦੀ ਮੁਖੀ ਦਾ ਧੁੰਮੇ ਦਾ ਇੰਜਣ ਕਰ ਦਿੱਤਾ ਸੀ, ਹਨਾ, ਪਹਿਲਾਂ ਠਾਕੁਰ ਸਿੰਘ ਦਾ ਕਰ ਦਿੱਤਾ ਸੀ, ਇੱਕ ਵਾਰੀ ਗਿੱਲ ਕਹਿੰਦਾ ਹੋਣਾ ਇੱਕ ਵਾਰੀ ਦਬਕਾ ਮਾਰਿਆ ਸੀ ਮੈਂ, ਤੇਰੇ ਯੂਥ ਫੇਰੂ ਜੇ ਤੇਰੇ ਮੂੰਹੋਂ ਨਿਕਲ ਗਿਆ ਵੀ ਭਿੰਡਰਾਂ ਵਾਲਾ ਸ਼ਹੀਦ ਹੋ ਗਿਆ, ਹਨਾ, ਵੀ ਡਾਂਗ ਫੇਰਨੀਆਂ ਵੀ ਦੋ ਮਾਰੀਆਂ ਹੋਈਆਂ ਚਪੇੜਾਂ ਅਗਲੇ ਨੇ ਕੰਨਾਂ ਤੇ, ਹਨਾ, ਸਿੱਟ ਕੇ ਐਨ ਖੂੰਜੇ ਤੇ, ਹਨਾ, ਦੋ ਚਾਰ ਡੰਡੇ ਮਾਰ ਕੇ ਤਾਂ ਪੁੱਛਿਆ ਹੋਣਾ ਨਾਲੇ ਵੀ ਕਹੇਗਾ, ਹਨਾ, ਹੱਥ ਜੋੜ ਕੇ ਇੱਦਾਂ ਦਾ ਹਜੂਰੀਆ ਗਲ ਚ ਪਾ ਕੇ ਕਿਹਾ ਹੋਣਾ ਗਿੱਲ ਨੂੰ, ਗਿੱਲ ਸਾਹਿਬ ਵੀ ਮੈਂ ਮਰਦਾ ਮਰ ਜਾਊ ਜਿੰਨਾ ਚਿਰ ਤੁਸੀਂ ਨੀ ਇਸ਼ਾਰਾ ਕਰਦੇ ਜਾਣੀ ਨਾ, ਹਨਾ, ਜਦੋਂ ਐਨ ਗਿੱਲ ਨੇ ਮੁੜ ਕੇ ਉਹ ਤੋਂ ਬਾਅਦ ਤਿਆਰ ਕਰਕੇ ਧੁੰਮਾ ਲੈ ਆਉਂਦਾ ਜਾਣੀ ਟਕਸਾਲ ਦਾ ਮੁਖੀ ਬਣਾਉਣ ਲਈ, ਇਹਨਾਂ ਦੀ ਲਾਈਫ ਟਾਈਮ ਇੰਜਨ ਹੋਇਆ ਹੋਇਆ, ਹਾਂ, ਦੁਬਾਰਾ ਨਹੀਂ ਬੋਲਣ ਜਾਣਾ, ਇਹ ਤਾਂ ਉਹ ਜਿੱਦਾਂ ਆ ਨਹੀਂ ਜਿਹੜੀ ਹੈਗੀ ਆ ਟੈਸਲਾ ਕਾਰ ਸੀਗੀ, ਉਹ ਕਹਿੰਦੇ ਵੀ ਜਿਹੜਾ ਜਿਹੜਾ ਇਸ ਟਾਈਮ ਇੰਨੇ ਚਿਰ ਚ ਲੈ ਲਊਗਾ ਉਹਨੂੰ ਲਾਈਫ ਟਾਈਮ ਦੀ ਜਿਹੜੀ ਆ ਚਾਰਜਿੰਗ ਆ ਉਹ ਫ੍ਰੀ ਦਿੰਦੇ ਆ, ਇਹਨਾਂ ਨੂੰ ਵੀ ਲਾਈਫ ਟਾਈਮ ਵੀ ਮਿਲ ਗਈ ਸਰਵਿਸ। ਅਸੀਂ ਪਿੱਛੇ ਮੈਂ ਜਦੋਂ ਹਾਈਲਕਸ ਲਿਆ ਨਾ ਤੇ ਟੋਇਟਾ ਵਾਲਿਆਂ ਨੇ ਡੀਲ ਆਈ ਹੋ ਸੀ ਵੀ 5 ਸਾਲ, ਠੀਕ ਹੈ, ਵਾਰੰਟ ਆਫ ਫਿਟਨੈਸ, 5 ਸਾਲ ਦੀ ਸਰਵਿਸ ਜਾਣੀ ਫ੍ਰੀ, ਉਹ ਕਹਿੰਦੇ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਸਰਵਿਸ ਅਸੀਂ ਕਰਾਂਗੇ, ਠੀਕ ਹੈ, ਠੀਕ ਹੈ, ਉਹ ਡੀਲ 5 ਸਾਲ ਦੀ ਡੀਲ ਸੀ ਤੇ ਇਹ ਟਕਸਾਲ ਦੇ ਨਾਲ ਗਿੱਲ ਨੇ ਮੈਂ ਕਹਿੰਦਾ ਲਾਈਫ ਟਾਈਮ ਦੀ ਕਰ ਦਿੱਤੀ ਤੇ ਤੁਹਾਡੀ ਸਰਵਿਸ ਫ੍ਰੀ ਜਾਣੀ, ਜਿਹੜਾ ਬੋਲੂਗਾ ਮਾੜਾ ਮੋਟਾ ਮੇਰੀ ਗਰੰਟੀ ਆ, ਹਨਾ, ਜੋ ਮਰਜ਼ੀ ਹੋ ਜਾਏ, ਹਨਾ, ਜਾਣੀ ਸਿੱਖਾਂ ਨੂੰ ਆਲੇ ਦੁਆਲੇ ਆਪਣੇ ਬੰਦਿਆਂ ਨੂੰ ਅਕਲ ਦਾ ਕੰਮ ਕਰਨ ਵਾਲਿਆਂ ਨੂੰ ਤਾਂ ਤੁਸੀਂ ਜਾਣੀ ਕੁਛ ਬੋਲ ਦੋਗੇ, ਹਨਾ, ਇਸ ਪਾਸੇ ਨੀ ਮੁੜ ਕੇ ਮੂੰਹ ਕਰੂ ਕੀ ਮੁੜ ਕੇ ਨਿਰੰਕਾਰੀਆਂ ਨੂੰ ਮੂੰਹ ਕੀਤਾ ਇਹਨਾਂ ਨੇ, ਹਨਾ, ਦੇਖ ਲਾ ਕਿੰਨੀ ਹੈਰਾਨੀ ਦੀ ਗੱਲ ਆ ਵੀ ਬਾਦਲ ਦੀ ਰਾਧਾ ਸਵਾਮੀਆਂ ਦੇ ਨਾਲ ਰਿਸ਼ਤੇਦਾਰੀ ਆ, ਹਨਾ, ਉਹਦਾ ਮੁੰਡਾ ਵਿਆਹਿਆ ਉਹਨਾਂ ਦੇ, ਤੇ ਇਹ ਬੰਦੇ ਜਾਣੀ ਨਿਰੰਕਾਰੀਆਂ ਦਾ ਵਿਰੋਧ ਕਰਦੇ ਰਹੇ ਆ, ਰਾਧਾ ਸਵਾਮੀਆਂ ਨੂੰ ਅੱਖ ਚੱਕ ਕੇ ਨੀ ਦੇਖਦੇ, ਮੁੰਡਿਆਂ ਨਾਲੇ ਮਿਹਤੇ ਚੌਂਕਦੇ। ਹੁਣ ਨਿਰੰਕਾਰੀ ਤਾਂ ਵਿਚਾਰੇ ਗਏ ਦਿੱਲੀ ਤੋਂ ਸੀਗੇ, ਉਹ ਤਾਂ ਬੰਦਾ ਸਬਰ ਵੀ ਕਰ ਲੈਂਦਾ ਵੀ 1000 ਸਮਾਗਮ ਕਰਨਾ ਉਹਨੀ 2-3 ਘੰਟੇ ਆ ਨਾ ਜਾਏ ਉੱਥੇ, ਉਦੋਂ ਕਿਹੜਾ ਕਿਤੇ ਏਦਾਂ ਵੀ ਟੀਵੀਆਂ ਦੇ ਉੱਤੇ ਆਉਂਦਾ ਸੀ, ਹੁਣ ਤਾਂ ਟੀਵੀ ਤੇ ਵੀ ਆਉਂਦਾ ਸਾਰਾ, ਸਾਰੇ ਚੈਨਲ ਆ ਉਹਨਾਂ ਦੇ ਆਪਣੇ, ਹੁਣ ਯੂਟਿਊਬ ਦੇ ਉੱਤੇ ਰਾਧਾ ਸਵਾਮੀਆਂ ਦਾ ਪਾ ਕੇ ਦੇਖੋ ਸਾਰਾ ਕੁਛ ਉਹਨਾਂ ਦਾ ਪਿਆ ਉੱਥੇ, ਕੁਛ ਨੀ ਕਰ ਹੋਇਆ ਬਾਅਦ ਵਿੱਚ ਇਹਨਾਂ।
ਤੇ ਨਹੀਂ ਹੈਰਾਨੀ ਦੀ ਗੱਲ ਆ ਜੀ, ਬੰਦੇ ਜਦੋਂ ਜੋ ਵੀ ਕਰਦੇ ਆ ਠੀਕ ਆ, ਬਈ ਅਸੀਂ ਇਹ ਦੂਜੇ ਪਾਸੇ ਸਾਡੇ ਵਿਦਵਾਨ ਆ, ਸਾਡੇ ਪ੍ਰਚਾਰਕ ਆ, ਹਨਾ, ਉਹ ਆਪ ਕਿਤੇ ਕਿਸੇ ਗੱਲ ਤੇ ਸਟੈਂਡ ਨਹੀਂ ਲੈ ਕੇ ਰਾਜੀ, ਠੀਕ ਆ, ਹਰ ਵੇਲੇ ਡਾਮਾਡੋਲ ਜਾਏ। ਹੁਣ ਪੰਥਪ੍ਰੀਤ ਨੂੰ ਤੁਸੀਂ ਦੇਖ ਲਓ, ਜਿਹੜੀਆਂ ਨਾ ਜਿਹੜੀਆਂ ਅੱਜ ਮੈਂ ਦਿਨੇ ਗੱਲ ਕਰਦਾ ਸੀਗਾ ਵੀ ਜਦੋਂ ਕੋਈ ਘਟਨਾ ਵਾਪਰਦੀ ਆ ਤੁਹਾਡੇ ਆਲੇ ਦੁਆਲੇ, ਜਿਹੜੀ ਤੁਹਾਡੇ ਕਾਰਜ ਖੇਤਰ ਨਾਲ ਸੰਬੰਧਿਤ ਹੁੰਦੀ ਆ, ਰਾਈਟ, ਤੇ ਜਦੋਂ ਜਵਾਬਦੇਹੀ ਹੋਵੇ ਨਾ ਉਦੋਂ ਤੁਹਾਨੂੰ ਜਦੋਂ ਜਵਾਬ ਮੰਗਿਆ ਜਾਂਦਾ ਤੁਹਾਤੋਂ, ਰਾਈਟ, ਤੇ ਜਿਹੜਾ ਤੁਹਾਡੇ ਕਾਰਜ ਖੇਤਰ ਨਾਲ ਸੰਬੰਧਿਤ ਆ ਉਹਦਾ ਜਵਾਬ ਦੇਣਾ ਜ਼ਰੂਰੀ ਹੁੰਦਾ। ਬਿਲਕੁਲ, ਉਹਦੇ ਬਦਲੇ ਚ ਤੁਸੀਂ ਕਦੇ ਵੀ ਕੁਛ, ਜੇ ਹੁਣ ਇੱਕ ਟਰੱਕ ਡਰਾਈਵਰ ਨੂੰ ਅਗਲੇ ਕਹਿਣ ਪੇ ਭਾਈ ਤੈਨੂੰ ਕੱਲ ਲੋਡ ਦੇ ਕੇ ਭੇਜਿਆ ਸੀ, ਹਾਂਜੀ, 10 ਪੈਲਟ ਸੀ ਡਿਲੀਵਰ ਕਰਨੇ ਵਾਲੇ, ਅੱਜ ਕੰਪਨੀ ਦਾ ਮੈਸੇਜ ਆਇਆ ਪੇ 8 ਹੋਏ ਆ, ਪੇ ਆਹ ਡਾਕਟ ਆ ਕੱਲ ਇਸ ਜਗ੍ਹਾ ਤੋਂ ਸਮਾਨ ਤੇ ਚੱਕਿਆ ਆ, ਆਹ ਡਿਸਪੈਚਰ ਦੀ ਕਾਪੀ, ਇਹਦੀ ਕਾਪੀ ਇੱਕ ਤੇਰੇ ਕੋਲ ਵੀ ਹੋਣੀ ਚਾਹੀਦੀ ਆ, ਪੇ ਇੱਥੋਂ ਸਾਡੇ ਰਿਕਾਰਡ ਦੇ ਨਾਲ 10 ਪੈਲਟ ਗਏ ਆ, ਤੇ ਉਹ ਕਹਿੰਦੇ ਪੇ 8 ਡਿਲੀਵਰ ਹੋਏ ਆ, ਰਾਈਟ, ਠੀਕ ਆ। ਹੁਣ ਉਹਦੇ ਕੋਲ ਮੰਨ ਲਓ ਟਰੱਕ ਆ ਮਰਸੀਡੀ ਦਾ, ਹਨਾ, ਅਗਲਾ ਕਹੇ ਵੀ ਤੁਹਾਨੂੰ ਪਤਾ ਵੀ ਜਿਹੜੇ ਮਰਸੀਡੀ ਵਾਲਿਆਂ ਦੇ ਟਰੱਕ ਆ ਉਹਦੀ ਕੈਮ ਬੈਲਟ ਜਿਹੜੀ ਆ ਉਹ ਇੰਨੇ ਚਿਰ ਬਾਅਦ ਖਰਾਬ ਹੋ ਜਾਂਦੀ ਆ, ਰਾਈਟ, ਉਹਦੀ ਸਰਵਿਸ ਜਿਹੜੀ ਆ 3 ਮਹੀਨੇ ਬਾਅਦ ਦੁਬਾਰਾ ਕਰਾਉਣੀ ਪੈਂਦੀ ਆ, ਉਹਦੇ 4 ਨੁਕਸ ਆ, ਤੁਹਾਡੀ ਕੰਪਨੀ ਦੇ ਸੀਈਓ ਨੇ ਆਹ ਪੈਸੇ ਖਾ ਲਏ, ਰਾਈਟ, ਉਹ ਸੁਣਨਗੇ ਗੱਲ ਉਸ ਵੇਲੇ? ਨਹੀਂ 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 ਨਾ, ਜਿਹੜਾ ਕਾਰਜ ਖੇਤਰ ਜਿਹੜਾ ਹੈਗਾ ਬਸ, ਜਿਹੜਾ ਉਹ ਅਗਲੇ ਕਹਿਣਗੇ ਵੀ ਤੂੰ ਆਹ ਗੱਲ ਦੱਸ ਸਾਨੂੰ, ਤੇਰੇ 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 ਇਹਦਾ ਜਵਾਬ ਦੇ ਪਹਿਲਾਂ, ਹਨਾ, ਤੇ ਆਸੇ ਪਾਸੇ ਦੀਆਂ ਗੱਲਾਂ ਤੈਂ ਕੀ ਲੈਣਾ ਪਏ, ਉਹ ਕੰਪਨੀ ਦੇ ਟਰੱਕਾਂ ਦੀ ਕੀ ਕਰਦੀ ਕੰਪਨੀ ਤੇ, ਉੱਥੇ ਹੋਇਆ ਨਾ ਦੋ ਸਨ ਆਪਣਾ ਹੀ ਬੰਦਾ ਸੀਗਾ, ਉੱਥੇ ਕੀ ਹੈ ਕਿ ਸ਼ਾਮੀ ਤੁਸੀਂ ਜਦੋਂ ਸ਼ਿਫਟ ਖਤਮ ਹੋਣੀ ਹੈ ਤੁਸੀਂ ਤੇਲ ਫੁੱਲ ਕਰਨਾ ਟੈਂਕ ਨਾ, ਫਿਰ ਪਾਰਕ ਕਰ ਦਿਓ ਜਾ ਕੇ, ਤੇ ਦੂਜਾ ਨਾਈਟ ਜਿਹੜਾ ਡਰਾਈਵਰ ਆਊਗਾ ਨਾਈਟ ਵਾਲਾ ਉਹ ਜਦੋਂ ਮੋਰਨਿੰਗ ਫਿਨਿਸ਼ ਕਰੂਗਾ ਉਹ ਫੁੱਲ ਕਰੂਗਾ, ਪਰ ਬੰਦੇ ਨੇ ਕੀ ਕੀਤਾ, ਕੀਤਾ ਨੀ, ਹੈ ਨਾ, ਜਾ ਕੰਪਨੀ ਤੇ ਉਹ ਬਾਹਰ, ਉਹ ਵੀ ਜਿਹੜੇ ਦੂਜਾ ਡਰਾਈਵਰ ਸੀ ਨਾਈਟ ਵਾਲਾ ਉਹਨੇ ਨੀ ਕੀਤਾ, ਉਹਦਾ ਤੇਲ ਕਿਤੇ ਖਤਮ ਹੋ ਗਿਆ, ਉਹਨੇ ਵੀ ਧਿਆਨ ਨਾ ਦਿੱਤਾ, ਸਟਾਰਟ ਕਰਕੇ ਲਿਆ ਪਤਾ ਫੁੱਲ ਹੀ ਹੁੰਦੀ ਹੈ ਸ਼ਾਮੀ, ਤੇ ਉਹਨਾਂ ਨੇ ਆ ਕੇ ਇਹਨੂੰ ਫੜਿਆ ਪਹਿਲੇ, ਤੂੰ ਕਿਉਂ ਨੀ ਫਿਲ ਕੀਤਾ, ਇਹ ਬੰਦਾ ਕਰੀ ਜਾਵੇ ਕਿ ਤੁਸੀਂ ਪਿੱਛੇ ਕਰਕੇ ਜਾਂਦਾ, ਹਾਂ ਉਹ ਜਾਂਦਾ, ਉਹ ਵੀ ਤੇ ਕਰ ਸਕਦਾ ਸੀ, ਕਹਿੰਦੇ ਨਾ ਉਹਨੂੰ ਬਾਅਦ ਚ ਪੁੱਛਾਂਗੇ, ਤੂੰ ਗੱਲ ਕਰ ਪਹਿਲੇ ਆਪਣੀ, ਨਾਲੇ ਉਹ ਜਿਹੜੀ ਜਿਹੜੀ ਤੇਰੀ ਜਵਾਬਦੇਹੀ ਆ ਨਾ, ਬਿਲਕੁਲ, ਤੂੰ ਆਪਣੀ ਗੱਲ ਦੀ ਜਵਾਬਦੇਹੀ ਤੇਰੀ ਆ, ਹਨਾ, ਅਗਲਾ ਕੀ ਕਰਦਾ ਆ ਉਹਦੇ ਨਾਲ ਕੀ ਹੁੰਦਾ ਆ ਉਹ ਗੱਲਬਾਤ ਦੀ, ਉਹਦੇ ਨਾਲ ਵੱਖਰਾ ਸੀਜਿਆ ਜਾਊਗਾ। ਇਹ ਤਾਂ ਵੈਸੇ ਵੀ ਇੱਡੀ ਚਿੱਠੀ ਜਿਹੜੀ ਕਹੋ ਅੰਗਰੇਜ਼ ਸਿੰਘ ਹੋਣਾ ਕੱਲ ਪੜ੍ਹੀਏ, ਇੱਡੀ ਚੋ ਇੱਡਾ ਵੱਡਾ ਨੋਟਿਸ ਅਖਬਾਰ ਚ ਆ ਗਿਆ, ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ, ਦੂਜੀਆਂ ਗੱਲਾਂ ਜਿਹੜਾ ਪਤਾ ਕੁਛ ਹੋਣਾ ਹੀ ਨੀ, ਅੱਜ ਤੱਕ ਉਹੀ ਤੇ ਕਰਦੇ ਆਏ ਨੇ ਜਿਹਦਾ ਕੁਛ ਹੈ ਹੀ ਨੀ, ਨਾਲ ਇਹਨਾਂ ਨੂੰ ਲੈਣਾ ਦੇਣਾ ਨਾ, ਇਹਨਾਂ ਨੂੰ ਕੋਈ ਉਹ ਮੰਨਦੇ ਨੇ ਬਾਦਲ ਹੋਰ, ਇਹਨਾਂ ਨੂੰ ਕੀ ਜਾਣਦੇ ਨੇ, ਤੇ ਉਹਦੇ ਬਾਰੇ ਖਾਮ ਖਾਓ ਪਤਾ, ਜਿੱਦਾਂ ਆਪਾਂ ਇੱਥੋਂ ਬੈਠੇ ਟਰੰਪ ਦੇ ਬਾਰੇ ਜਾਂ ਓਬਾਮਾ ਬਾਰੇ ਬੋਲੀ ਜਾਈਏ, ਕੁਛ ਨੀ ਹੋਣਾ, ਅਮਰੀਕਾ ਦੇ ਉੱਤੇ ਅਟੈਕ ਕਰ ਦੇਣਾ ਜੀ ਅਸੀਂ, ਉਹਦੇ ਬੋਲੀ ਜਾਈਏ, ਜੇ ਜੇ ਹੁਣ ਹੁਣ ਅਮਰੀਕਾ ਨੇ ਇਰਾਕ ਨੂੰ ਕੁਛ ਕਿਹਾ ਨਾ ਤੇ ਅਸੀਂ ਉੱਤੇ ਅਟੈਕ ਕਰ ਦੇਣਾ ਅਮਰੀਕਾ ਤੇ, ਤੇ ਉਹਦੇ ਕੋਈ ਅਰਥ ਥੋੜੇ ਹੋਣੇ ਆ, ਕਿਹਨੇ ਸੁਣਨੀ ਗੱਲ, ਉਹ ਸਟਾਰਟਿੰਗ ਤੋਂ ਮੁੱਢ ਕਦੀਮ ਤੋਂ ਇਹਨਾਂ ਦੀ ਇਹੀ ਪ੍ਰੋਬਲਮ ਹੈ, ਜਾਂ ਤਾਂ ਬੋਲਣਾ ਨੀ ਨਾ, ਜਾਂ ਤੇ ਦੂਜੀਆਂ ਗੱਲਾਂ ਹੋਰ ਕਰੀ ਜਾਣੀਆਂ ਨੇ, ਆਪਣੀ ਵਾਰੀ ਚੁੱਪ ਕਰਕੇ ਬੈਠੇ ਰਹਿਣਾ ਬਸ, ਨਹੀਂ ਉਹ ਤੁਹਾਨੂੰ ਉਹ ਗੱਲਾਂ ਦੇ ਜਵਾਬ ਤਾਂ ਜੀ ਦੇਣੇ ਪੈਣੇ ਆ, ਜੋ ਮਰਜ਼ੀ ਹੋਵੇ, ਅੱਜ ਨਹੀਂ ਤਾਂ ਕੱਲ, ਜਿਸ ਵੀ ਵਿਸ਼ੇ ਨਾਲ ਸੰਬੰਧਿਤ ਜਿਹੜਾ ਤੁਹਾਡਾ ਕਾਰਜ ਖੇਤਰ ਆ ਉਹਦੇ ਚ ਤੁਹਾਡਾ ਜਵਾਬ ਦਿੱਤੇ ਬਿਨਾ ਨਹੀਂ ਸਰਨਾ, ਠੀਕ ਆ, ਇਹ ਤਾਂ ਧੱਕਾ ਜਾਣੀ ਕਰਦੇ ਆ, ਠੀਕ ਆ, ਜਵਾਬ ਨਹੀਂ ਦੇਣਾ ਉਹ ਵੀ ਇਹਨਾਂ ਦੇ
ਖਿਲਾਫ ਹੀ ਜਾਊਗਾ ਹਾਂ ਟਾਈਮ ਪਾ ਕੇ ਉਹ ਵੀ ਇਹਨਾਂ ਦੇ ਖਿਲਾਫ ਹੀ ਜਾ ਰਿਹਾ ਸਾਰਾ ਕੁਛ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਤੇ ਆਪਾਂ ਅੱਜ ਜਿਹੜੀ ਉਹ ਵੀਡੀਓ ਉਹਨੂੰ ਕਰਦੇ ਹਾਂ ਜੀ ਡਿਸਕਸ ਠੀਕ ਤੇ ਉਹਦੇ ਨਾਲ ਭਾਈ ਰਣਜੀਤ ਸਿੰਘ ਹੋਰਾਂ ਨੇ ਹਰਿੰਦਰ ਸਿੰਘ ਜਿਹੜੇ ਇੰਗਲੈਂਡ ਵਾਲੇ ਆ ਨਰਵੈਰ ਜਥੇ ਵਾਲੇ ਹਾਂਜੀ ਉੱਥੇ ਦੇ ਦੀਵਾਨਾਂ ਦੇ ਸੰਬੰਧੀ ਉਹਨਾਂ ਨੇ ਇੱਕ ਵੀਡੀਓ ਕੱਢੀ ਸੀਗੀ ਜੀ ਠੀਕ ਆ ਉਹ ਸੀਗੀ ਤਾਂ ਉਹ 26 ਮਿੰਟ ਦੀ ਠੀਕ ਹੈ ਹਨਾ ਤੇ ਆਪਾਂ ਆਪਣੀ ਬ੍ਰੇਕ ਜਿਹੜੀ ਆ ਉਹਦੇ ਦੌਰਾਨ ਉਹਨੂੰ ਚਲਾ ਲਾਂਗੇ ਠੀਕ ਹੈ ਠੀਕ ਆ ਉੱਦਾਂ ਤਾਂ ਮੈਂ ਕਹਿੰਦਾ ਜੇ ਅਸੀਂ ਹੁਣ ਅਜੇ 40 ਮਿੰਟ ਹੋਏ ਆ ਜੇ ਪੂਰੀ ਵੀ ਚਲਾ ਦਈਏ ਠੀਕ ਹੈ ਤਾਂ ਵੀ ਕੀ ਆ ਕਿਉਂਕਿ ਹੁਣ ਜਿਹੜੀ ਗਾਹਾਂ ਵੀ ਗੱਲ ਹੋਣੀ ਆ ਹਨਾ ਰਾਈਟ ਇਹਦੇ ਨਾਲ ਸੰਬੰਧਿਤ ਹੋਣੀ ਆ ਠੀਕ ਹੈ ਠੀਕ ਆ ਠੀਕ ਤੇ ਇਹ 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 ਪੂਰੀ ਚੱਲ ਜਾਊਗੀ ਰਾਈਟ ਹਨਾ ਤੇ ਆਪਾਂ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜਾ ਉਹਦਾ ਹੈਗਾ ਕਸ਼ਮੀਰ ਸਿੰਘ ਠੀਕ ਹੈ ਵੀਡੀਓ ਆ ਉਹਦੇ 'ਤੇ ਗੱਲ ਕਰ ਲਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਜੀ ਪਰ ਹੁਣ ਇੱਕ ਫੋਨ ਆ ਗਿਆ ਜੀ ਪਹਿਲਾਂ ਫੋਨ ਦੇਖ ਲਈਏ ਅਸੀਂ ਰਾਈਟ ਵੀ ਸ਼ਾਇਦ ਉਹਨੇ ਔਨ ਏਅਰ ਗੱਲ ਕਰਨੀ ਹੋਵੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਗੁਰੂ ਫਤਿਹ ਜੀ ਤੁਸੀਂ ਰੇਡੀਓ ਵਿਰਸਾ ਤੇ ਔਨ ਏਅਰ ਹੋ ਜੀ ਹਾਂਜੀ ਉਹ ਜਿਹੜਾ ਫੋਨ ਆਇਆ ਸੀ ਨਾ ਗੱਲ ਕੱਢ ਰਿਹਾ ਸੀ ਮੈਂ ਉਹਦੇ ਬਾਰੇ ਗੱਲ ਕਰਨੀ ਮਤਲਬ ਤੁਸੀਂ ਉਹ ਗਾਲ ਦੀ ਕਰਨੀ ਵਿਆਖਿਆ ਚੀਰ ਫੜ ਕੇ ਨਹੀਂ ਨਹੀਂ ਮੈਂ ਤੁਹਾਡੇ ਤੇ ਮੈਨੂੰ ਕਈ ਵਾਰੀ ਗੁੱਸਾ ਆ ਜਾਂਦਾ ਕਈ ਗੱਲਾਂ ਸੁਣ ਕੇ ਤੁਸੀਂ ਕਹਿੰਦੇ ਸੀ ਵੀ ਪੰਜਾਬੀਆਂ ਨੂੰ ਸਟੇਟ ਚਾਹੀਦੀ ਇਹ 99% ਬੰਦੇ ਇੰਨੇ ਮੂਰਖ ਨੇ ਤੇ ਇਹਨਾਂ ਨੂੰ ਬਾਂਦਰ ਨੂੰ ਲੋਡਿਡ ਗਨ ਫੜਾ ਕੇ ਤੁਸੀਂ ਚਾਹੁੰਦੇ ਹੋ ਵੀ ਬਹੁਤ ਦੁਨੀਆਂ ਦਾ ਭਲਾ ਹੋਏਗਾ ਮੇਰੇ ਸਾਹਿਬ ਨਹੀਂ ਜਦੋਂ ਅਸੀਂ ਸਿੱਖਾਂ ਨੂੰ ਕਹਿੰਦੇ ਹਾਂ ਨਾ ਇਹਨਾਂ ਨੂੰ ਥੋੜੋ ਕਹਿੰਦੇ ਹਾਂ ਅਸੀਂ 1% ਨੇ ਜਾਂ ਹੈ ਨਹੀਂ ਬਸ ਆ ਮਤਲਬ ਹੋਣਗੇ ਤੇ ਇੱਕ 10-20-50-100-200 ਬੰਦਾ ਹੋਏਗਾ ਵਰਲਡ ਦੇ ਵਿੱਚ ਤੇ ਨਹੀਂ ਤੇ ਇਸ ਤਰ੍ਹਾਂ ਦੇ ਬੇਵਕੂਫੀ 99% ਵਾਪਰਿਆ ਇਹਨਾਂ ਨੂੰ 100 ਸਾਲ ਇਸ ਤਰ੍ਹਾਂ ਲਗਾਤਾਰ ਵਾਪਰਨ ਨਾਲ ਫੇਰ ਹੋ ਸਕਦਾ ਇਹਨਾਂ ਨੂੰ ਇਕੱਠੇ ਹੋਣ ਦੀ ਕੌਮੀ ਸੋਚ ਇਹਨਾਂ ਦੇ ਅੰਦਰ ਆਏ ਵੀ 5-7-10-20 ਵਾਰੀ ਹੋਰ ਕੁੱਟ ਖਾ ਕੇ ਅਜੇ ਇਹਨਾਂ ਨੂੰ ਅਕਲ ਨਹੀਂ ਆ ਸਕਦੀ ਹੁਣ ਕੋਈ ਸੰਭਾਵਨਾ ਨੀ ਅਜੇ ਇਹਨਾਂ ਅਕਲ ਦੀ ਕੋਈ ਸ਼ੱਕ ਨੀ ਜੀ ਤੁਹਾਡੀ ਗੱਲ ਦੇ ਵਿੱਚ ਪੂਰਾ ਪੂਰਾ ਦਮ ਆ ਤੇ ਅਸੀਂ ਸਹਿਮਤ ਹਾਂ ਦੱਸੋ ਵੀ ਜਿਹੜੇ ਵੀ ਦੇਸ਼ਾਂ ਚ ਤੁਸੀਂ ਅੱਜ ਸਿਕਿਓਰ ਤਾਂ ਤੁਸੀਂ ਨਿਊਜ਼ੀਲੈਂਡ ਬੈਠੇ ਤੇ ਸਾਨੂੰ ਜਦੋਂ ਇਹ ਸਟੇਟਾਂ ਬਿਲਕੁਲ ਆਪਣੇ ਨਾਗਰਿਕਾਂ ਦੇ ਬਰਾਬਰ ਪੂਰੇ ਰਾਈਟਸ ਦੇ ਰਹੀਆਂ ਤੇ ਆਪਾਂ ਪਤਾ ਨੀ ਉਹ ਰਾਜ ਕਿਉਂ ਲੈਣਾ ਚਾਹੁੰਦੇ ਆ ਜਿਹੜਾ 200-200 ਸਾਲ ਪਿੱਛੇ ਸੀ ਹਾਂ ਇਹਨਾਂ ਦੇ ਰਾਜ ਦੇ ਵਿੱਚ ਤੁਸੀਂ ਅਜੇ ਤੇ ਹਿੰਦੂ ਵੀ ਬਹੁਤ ਚੰਗੇ ਸਾਬਤ ਹੋਏ ਨੇ ਜਿਹੜੇ ਭਾਈ ਰਣਜੀਤ ਸਿੰਘ ਜੀ ਕਹਿੰਦੇ ਪਏ ਨੇ ਵੀ ਅਸੀਂ ਕਹਿੰਦੇ ਹਾਂ ਵੀ ਹਿੰਦੂ ਇਹਨਾਂ ਤੁਰਕੂ ਕਾਣਾ ਸੁਣ ਕੇ ਸਾਡੇ ਤੇ ਜੇ ਬੈਨ ਨੀ ਉਹ ਕਰਦੇ ਪਏ ਉਹਨਾਂ ਨੇ ਇੱਕ ਵਾਰੀ ਰਿਐਕਸ਼ਨ ਨੀ ਕੀਤਾ ਜਰਾਇਮ ਪੇਸ਼ਾ ਕਿਹਾ ਸੀ ਨਾ ਉਹ ਵੈਸੇ ਇਹਨਾਂ ਨੂੰ ਤਾਂ ਗੁੱਸਾ ਲੱਗਾ ਵੀ ਉਹ ਕੱਲੇ ਸਰਦਾਰਾਂ ਲਈ ਨਹੀਂ ਤੇ ਨਾਰਥ ਇੰਡੀਅਨ ਲੋਕ ਸਾਰੇ ਹੀ ਉਹਦੇ ਚ ਮੁਸਲਮਾਨ ਹਿੰਦੂ ਉਹ ਹੈ ਨੇ ਉਸ ਤਰ੍ਹਾਂ ਮੈਨੂੰ ਤਾਂ ਸੀਗਾ ਚਲੋ ਗੱਲ ਕਰ ਲਊਗਾ ਏਦਾਂ ਪਰ ਗਾਲ ਕੱਢ ਕੇ ਵੀ ਚਲੋ ਠੀਕ ਆ ਆਪਣਾ ਜਿਹੜਾ ਚਸ ਪੂਰਾ ਕਰ ਜਾਂਦੇ ਆ
ਹਨਾ ਆਪਣਾ ਬ੍ਰਹਮ ਗਿਆਨ ਦੱਸ ਦਿੰਦੇ ਆ। ਤਾਂ ਹੀ ਮੈਂ ਉਦਣ ਤੁਹਾਡੇ ਆਫਲਾਈਨ ਵੀ ਗੱਲ ਕਹੀ ਸੀ, ਮੈਂ ਕਿਹਾ ਵੀ ਆ ਸਟੇਟ ਦੀਆਂ ਗੱਲਾਂ ਅਜੇ ਕਰਨੀਆਂ ਨਦਾਨੀ, ਕਿਉਂਕਿ ਸਾਡੇ ਕੋਲ ਇੰਨੇ ਬੰਦੇ ਹੀ ਨਹੀਂ ਹੈਗੇ ਪ੍ਰਪੇਅਰ ਜਿਨ੍ਹਾਂ ਕੋਲੋਂ ਇਨਸਾਨੀਅਤ ਦੀ ਆਸ ਕੀਤੀ ਜਾ ਸਕੇ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਆ ਜੀ, ਗੱਲ ਤੁਹਾਡੀ ਵੀ ਠੀਕ ਆ, ਗੱਲ ਤਾਂ ਉਹੀ ਬਾਰ ਬਾਰ ਹੈ ਕਿ ਇਹਨਾਂ ਨੂੰ ਤਾਂ ਸਗੋਂ ਉਹੀ ਗੱਲ ਹੈ ਜੋ ਜਿਹੜੇ ਇਲਜ਼ਾਮ ਇਹਨਾਂ ਤੇ ਲੱਗਦੇ ਨੇ ਉਹ ਤਾਂ ਸਗੋਂ ਧੋਣੇ ਚਾਹੀਦੇ ਇਹਨਾਂ ਨੂੰ ਕਿ ਹਾਂ ਨਹੀਂ ਜੀ ਇਹ ਪਹਿਲਾਂ ਵੀ ਸਾਡੇ ਕਰਕੇ ਝੂਠ ਬੋਲਿਆ ਤੇ ਹੁਣ ਵੀ ਇੱਦਾਂ ਹੈ, ਇਹ ਤਾਂ ਉਹ ਉਹਨਾਂ ਨੂੰ ਪੱਕਿਆਂ ਕਰੀ ਜਾਂਦੇ ਨੇ ਦਿਨ ਬ ਦਿਨ ਜਿਹੜੇ ਹੁਣ ਕੋਈ ਜ਼ਿੰਮੇਵਾਰ ਬੰਦਾ ਹੀ ਹੈ ਨਹੀਂ, ਇਹਨੂੰ ਰੋਕਣੇ ਵਾਲਾ ਕੋਈ ਨਹੀਂ ਹੈਗਾ ਵੀ ਤੁਸੀਂ ਠੀਕ ਆ ਭਾਈ ਤੁਹਾਨੂੰ ਗੁੱਸਾ ਆਉਂਦਾ ਆ ਤੁਸੀਂ ਹੋਰ ਕਿਸੇ ਨਾਂ ਤੇ ਕੱਢੋ। ਇਸ ਗੱਲ ਦੇ ਉੱਤੇ ਜਿਹੜੇ ਟਕਸਾਲ ਨਾਲ ਸੰਬੰਧਿਤ ਆ ਸ਼ਹੀਦਾਂ ਖਾੜਕੂਆਂ ਦੀ ਗੱਲ ਆ ਵੀ ਉਹਦੇ ਨਾਲ ਸੰਬੰਧਿਤ ਜਿਹੜੇ ਜਵਾਬ ਆ ਸਾਰੇ ਅਸੀਂ ਆਪ ਦੇਵਾਂਗੇ। ਪਰ ਨਹੀਂ ਇੱਦਾਂ ਨਹੀਂ ਹੈਗਾ ਵੀ ਬੰਦੇ ਤਾਂ ਆਪਣੇ ਆਪ ਨੂੰ ਤਾਂ ਕਹਿਣ ਨੂੰ ਹੈ ਇਹਨਾਂ ਨੂੰ ਗੁਰਪ੍ਰੀਤ ਕੈਲੀਫੋਰਨੀਆ ਵਰਗਾ ਜਦੋਂ ਇੱਦਾਂ ਗੱਲ ਕਰਦਾ ਵੀ ਜੀ ਮੇਰਾ ਮੇਰਾ ਟਕਸਾਲ ਨਾਲ ਕੋਈ ਸੰਬੰਧ ਨਹੀਂ, ਮੈਂ ਪੜ੍ਹਿਆ ਨਹੀਂ ਹੈਗਾ ਉੱਥੇ, ਬਸ ਉਹ ਬਹਾਨਾ ਆ ਉਹਨਾਂ ਦਾ ਜਾਣੀ ਰਾਤੀ ਜਾ ਕੇ ਬੈੱਡ ਤੇ ਪੈ ਜਾਂਦਾ ਬਾਕੀ ਪੜ੍ਹਿਆ ਨਹੀਂ ਹੈ, ਟਕਸਾਲ ਦੇ ਬੈੱਡ ਤੇ ਜਾ ਕੇ ਪੈ ਜਾਂਦਾ ਪਰ ਪੜ੍ਹਿਆ ਨਹੀਂ ਹੈ, ਕੋਈ ਸੰਬੰਧ ਨਹੀਂ ਹੈ ਮੇਰਾ। ਨਹੀਂ ਮਤਲਬ ਉਹ ਨਹੀਂ ਅਸੀਂ ਸਾਡਾ ਕੰਮ ਥੋੜ੍ਹੀ ਆ ਅਸੀਂ ਇੱਦਾਂ ਸਟੂਡੈਂਟ ਲੱਭਦੇ ਫਿਰੀਏ, ਠੀਕ ਆ ਇਹ ਨਹੀਂ ਗੱਲ ਹੈਗੀ। ਜਿਹੜਾ ਬੰਦਾ ਗੁੰਡਾਗਰਦੀ ਕਰ ਰਿਹਾ ਸਾਡੇ ਲਈ ਤਾਂ ਉਹ ਟਕਸਾਲੀ ਆ ਭਾਈ ਉਹ, ਠੀਕ ਆ ਕਰੋ ਤੁਸੀਂ ਜੋ ਮਰਜ਼ੀ ਜਿੱਥੇ ਮਰਜ਼ੀ ਖੜੇ ਹੋਵੋ, ਠੀਕ ਆ ਉਹ ਤਾਂ ਤੁਹਾਡੀ ਜ਼ਿੰਮੇਵਾਰੀ ਆ, ਠੀਕ ਆ ਜਾਂ ਉਹਨਾਂ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਆ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜਿਹੜੇ ਜੇ ਟਕਸਾਲੀ ਤੁਹਾਡੇ ਕੋਲ ਆਉਂਦੇ ਆ, ਹਾਂਜੀ ਹੈਲੋ, ਹਾਂਜੀ ਇਹਨਾਂ ਨੂੰ ਇਹ ਜਮਾ ਹੀ ਅਕਲ ਨਹੀਂ ਹੁੰਦੀ ਇਹਨਾਂ ਦੀ, ਤੁਸੀਂ ਗੱਲ ਸੁਣਦੇ ਕਿਉਂ, ਸੁਣਿਆ ਨਾ ਕਰੋ ਬਿਲਕੁਲ। ਇਹ ਵੀ ਠੀਕ ਆ ਪਰ ਫਿਰ ਪਤਾ ਨਹੀਂ ਲੱਗਣਾ ਨਾ ਕੌਣ ਆ ਵੀਰੇ ਜਦੋਂ ਬੋਲਦੇ ਆ, ਤੁਸੀਂ ਜਦੋਂ ਸ਼ੁਰੂ ਕਰਦੇ ਬੋਲਣਾ ਉਦੋਂ ਤਾਂ ਬਹੁਤ ਸ਼ਰੀਫਾਂ ਵਾਂਗ ਬੋਲਦੇ ਆ ਨਾ। ਤੁਸੀਂ ਕਿੰਨੀ ਵਧੀਆ ਗੱਲਾਂ ਆਪਦੇ ਘਰੇ ਬੈਠ ਕੇ ਕਰ ਰਹੇ ਹੋ, ਅਸੀਂ ਸੁਣ ਰਹੇ ਹਾਂ ਤੇ ਕਿੰਨੀ ਸੋਝੀ ਆ ਰਹੀ ਹੈ ਸਾਰੇ ਸਾਰੇ ਬੰਦਿਆਂ ਨੂੰ, ਤੇ ਇਹਨਾਂ ਨੂੰ ਸੋਝੀ ਪਤਾ ਨਹੀਂ ਕਦੋਂ ਆਏਗੀ, ਇਹਨਾਂ ਨੂੰ ਤਾਂ ਆਉਣੀ ਨਹੀਂ ਮੈਨੂੰ ਲੱਗ ਰਿਹਾ। ਨਹੀਂ ਉਹ ਪੱਖ ਵੀ ਜ਼ਰੂਰੀ ਆ ਜੀ ਸਾਡਾ, ਉਹ ਵਿਚਾਰਨਾ ਵੀ ਜ਼ਰੂਰੀ ਆ। ਤੁਸੀਂ ਨਾ ਰਾਤ ਜਿਹੜਾ ਦੀਵਾਨ ਹੋਇਆ ਢੱਡਰੀਆਂ ਵਾਲਿਆਂ ਦਾ ਉਹ 'ਚ ਉਹਨੇ ਗੱਲ ਕੀਤੀ ਸੀ, ਕਹਿੰਦੇ ਵੀ ਜੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿੱਚੋਂ ਨਾ ਨੌਵੇਂ ਪਾਤਸ਼ਾਹ ਦਾ ਸ਼ਹੀਦ ਹੋਣਾ, ਜਿਹੜਾ ਅਨੰਦਪੁਰ ਸਾਹਿਬ ਛੱਡਿਆ ਉਹਨੀ ਲੜਾਈਆਂ ਹੋਈਆਂ ਉਹ ਸਾਰਾ ਕੱਢ ਦਿਓ ਤੇ ਫਿਰ ਭਾਵੇਂ 100 ਸਾਲ ਜੀਵਨ ਹੋਵੇ ਉਹਨਾਂ ਦਾ, ਉਹਦੇ ਕੋਈ ਅਰਥ ਨਹੀਂ ਹੈਗੇ ਜਾਣੀ ਇੱਦਾਂ ਵੀ ਇਹ ਇਹ ਜਿਹੜਾ ਇਹ ਇਹਨਾਂ ਵਾਲਾ ਟੇਸਟ ਆ ਉਹ ਵੀ ਨਾਲ ਦੀ ਨਾਲ ਸਾਨੂੰ ਪਤਾ ਲੱਗਣਾ ਜ਼ਰੂਰੀ ਆ ਵੀ ਕਿਉਂ, ਨਹੀਂ ਤਾਂ ਸੁਣਨੇ ਵਾਲੇ ਬੰਦੇ ਨੂੰ ਸਾਡੀ ਕਹੀ ਹੋਈ ਗੱਲ 'ਤੇ ਸ਼ੱਕ ਹੋਣ ਲੱਗ ਪੈਣਾ ਤੇ ਉਹ ਤਾਂ ਵਿਚਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਨਾਮ ਜਪਦੇ, ਜਿਹੜੇ ਬੰਦੇ ਬਾਹਾਂ ਵੀ ਮਾਂਜ ਕੇ ਜਿਹੜਾ ਕੇਲੇ ਵੀ ਕੇਲਾ ਵੀ ਧੋ ਕੇ ਖਾਂਦੇ ਆ ਕਿੰਨੀ ਸ਼ਰਧਾ ਹੋਊਗੀ ਉਹਨਾਂ ਦੇ, ਵੀ ਉਹਨਾਂ ਨੂੰ ਗਲਤ ਕਿਉਂ ਕਹੀ ਜਾਂਦੇ ਤੁਸੀਂ। ਇਹ ਤਾਂ ਗੁਰੂ ਸਾਹਿਬ ਦੇ ਕਨਸੈਪਟ ਤੋਂ ਬਹੁਤ ਦੂਰ ਹੈ ਜੀ, ਜੇ ਤੁਸੀਂ ਕਿਤੇ ਨਾ ਇਹ ਗੱਲਾਂ ਕਰਦੇ ਭਾਈ ਸਾਹਿਬ ਨਾ ਸਾਨੂੰ ਇੰਨੀ ਸੋਝੀ ਦਿੰਦੇ, ਇਹ ਕਿੱਥੇ ਇਹਨਾਂ ਨੇ ਸਿੱਖ ਧਰਮ ਦੇ ਨੇੜੇ ਲੱਗਣਾ, ਇਸ ਤਾਂ ਬਹੁਤ ਪਿੱਛੇ ਸੀ। ਨਹੀਂ ਉਹ ਸਾਨੂੰ ਤਾਂ ਆਪਣੇ ਆਪ ਤੇ ਗਲਾਨੀ ਆਉਂਦੀ ਹੈ ਵੀ ਅਸੀਂ
ਇਹਨਾਂ ਨੂੰ ਸਾਲ ਇਹਨਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਮੁਤਾਬਕ ਕਿਉਂ ਚੱਲਦੇ ਰਹੇ? ਜਦੋਂ ਨਾ ਇਹ ਬੰਦੇ ਕਿਸੇ ਨੂੰ ਮਿਲਦੇ ਆ, ਤੁਸੀਂ ਦੇਖੋ ਸਿਰ ਤੇ ਦਮਾਲਾ, ਉੱਤੇ ਦੀ ਕਿਰਪਾਨ, ਕਈਆਂ ਦੇ ਦੋ ਦੋ ਕਿਰਪਾਨਾਂ, ਐਡੇ ਐਡੇ ਕੜੇ ਹਜੂਰੀਏ, ਨੰਗੀਆਂ ਲੱਤਾਂ, ਤੇ ਐਨ ਹਜੂਰੀਆ ਹੱਥ ਉੱਤੇ ਕਰਕੇ, ਫਿਰ ਦੋਵੇਂ ਹੱਥ ਜੋੜ ਕੇ ਫਤਿਹ, ਲੰਬੀ ਸਾਰੀ ਫਤਿਹ, ਉਹਨੂੰ ਦੇਖ ਕੇ ਬੰਦਾ ਕਹੇ ਵੀ ਐਡੇ ਧਾਰਮਿਕ ਬੰਦਿਆਂ ਦੇ ਨਾਲ ਇਹਨਾਂ ਦੇ ਸੰਬੰਧ ਚ ਕੋਈ ਗੱਲ ਕਹੀ ਕਿੱਦਾਂ ਜਾ ਸਕਦੀ ਆ? ਇੰਨੇ ਸ਼ਰੀਫ ਬੰਦੇ ਆ। ਉਹ ਤਾਂ ਗੁਰਬਾਣੀ ਚ ਗੁਰੂ ਸਾਹਿਬ ਵੀ ਕਹਿ ਗਏ ਨਾ ਵੀ ਭੇਖ ਦਿਖਾਵ ਜਗਤ ਕੋ ਲੋਗਨ ਕੋ ਵਸਕੀਨ, ਉਹ ਵਾਲੇ ਪੰਡਤ ਆ ਜੀ ਇਹ। ਨਹੀਂ ਉਹ ਤਾਂ ਫਿਰ ਪਤਾ ਉਦੋਂ ਲੱਗਦਾ ਨਾ ਜਦੋਂ ਗਾਲ ਕੱਢਦੇ ਆ। ਜਿੰਨਾ ਚਿਰ ਗਾਲ ਨੀ ਕੱਢਦੇ, ਜਿਹੜਾ ਗਿਆਨ ਆ ਉਹਨਾਂ ਨੂੰ ਗਿਆਨ ਦਾ ਤਲਤਾ। ਦੇਖੋ ਕਪੂਰ ਕਹਿੰਦਾ ਵੀ ਜਿਹੜਾ ਗਿਆਨ ਦਾ ਪੱਧਰ ਆ ਨਾ ਉਹ ਤਕਰੀਬਨ ਸਾਰਿਆਂ ਦਾ ਬਰਾਬਰ ਆ। ਜਿਹੜੇ ਲੋਕ ਭੈੜੇ ਦੀਦੇ ਨਾ ਸਾਨੂੰ, ਉਹ ਆ ਜਿਹਨਾਂ ਨੇ ਅਗਿਆਨਤਾ ਛੱਡੀ ਨੀ। ਹੁਣ ਗਿਆਨ ਇਹਨਾਂ ਕੋਲ ਵੀ ਉਨਾ ਹੀ ਆ, ਸਿਆਣੇ ਬੰਦੇ ਜਿੰਨਾ ਹੀ ਆ, ਪਰ ਨਾਲ ਦੀ ਨਾਲ ਉਹ ਗਾਲਾਂ ਕੱਢਣੇ ਵਾਲਾ ਜਿਹੜਾ ਸਾਰਾ ਗਿਆਨ ਆ ਉਹ ਲੈ ਕੇ ਬੈਠੇ ਨਾਲ, ਫਿਰ ਤੇਰੀ ਭੈਣ ਦੀ, ਤੇਰੀ ਮਾਂ ਦੀ, ਫਿਰ ਗਾਲਾਂ ਵੀ ਨਾ ਜੀ ਏਦਾਂ ਦੀਆਂ ਗੰਦੀਆਂ, ਉਹ ਗਾਲ ਉਹ ਸ਼ਬਦ ਸੁਣ ਕੇ ਹੀ ਤੁਹਾਡੇ ਕੰਨਾਂ ਨੂੰ ਏਦਾਂ ਇਰੀਟੇਸ਼ਨ ਹੋਣ ਲੱਗ ਪੈਂਦੀ ਆ। ਜਾਣੀ ਮੈਂ ਤਾਂ ਤੁਹਾਨੂੰ ਕਹਿੰਦਾ ਜੀ ਤੁਸੀਂ ਜਿਹੜੀ ਇਹਨਾਂ ਇਹਨਾਂ ਬੰਦਿਆਂ ਨਾਲ ਸਿੱਝ ਰਹੇ ਹੋ। ਸਾਡੇ ਇੱਕ ਬੰਦੇ ਨੇ ਕੋਈ ਪੋਸਟ ਪਾਤੀ ਸੀ ਤੇ ਉਹ ਵਿਚਾਰੇ ਨੂੰ ਨਾ ਪੋਸਟ ਲਾ ਕੇ ਫਿਰ ਖੜਾ ਛਡਾਉਣਾ ਪਿਆ, ਇੰਨਾ ਕੁ ਕੁੱਤੇ ਖਾਣੀ ਜੀ ਉਹਨਾਂ ਨੇ ਕਰਤੀ ਇਹਨਾਂ ਨੇ ਉਹਦੀ ਵਿਚਾਰੇ ਦੀ। ਤੇ ਮੈਂ ਤਾਂ ਕਹਿੰਦਾ ਤੁਹਾਨੂੰ ਤੁਸੀਂ ਜਿਹੜੀ ਇਹਨਾਂ ਦੀਆਂ ਇੰਨੀਆਂ ਗੱਲਾਂ ਸੁਣ ਕੇ ਵੀ ਆਪਣੇ ਵਿਚਾਰ ਦੇ ਰਹੇ ਹੋ ਤੇ ਸਿੱਖ ਕੌਮ ਨੂੰ ਸਿੱਧੇ ਰਾਹ ਪਾ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਨਹੀਂ ਬਿਲਕੁਲ, ਆ ਇਧਰੋਂ ਭਾਈ ਸਾਹਿਬ ਨੇ ਭੇਜਿਆ ਸ਼ਬਦ, ਉਹ ਸੁਰ ਹੈ ਕਿ ਜੈਸੀ ਤੇਰੀ ਚਾਲ ਤੇਰੀ ਪੂੰਛੜ ਉੱਪਰ ਚਮਕ ਵਾਲ, ਉਹ ਸ਼ਬਦ ਆ ਨਾ ਜਿਹੜਾ ਕਬੀਰ ਜੀ ਦਾ, ਉਹ ਸਾਰੇ ਦਾ ਸਾਰਾ ਇਹਨਾਂ ਦੇ ਲਈ ਆ। ਠੀਕ ਹੈ, ਇਹਨਾਂ ਦਾ ਸਟਾਈਲ ਆ ਜਿਹੜਾ ਲਾਈਫ ਸਟਾਈਲ ਇਹਨਾਂ ਦਾ ਤਕਰੀਬਨ ਇੱਦਾਂ ਦਾ ਹੀ ਆ, ਹੈ ਨਾ। ਚਲੋ ਠੀਕ ਹੈ ਜੀ, ਆਪਾਂ ਬ੍ਰੇਕ ਲੈ ਲੈਂਦੇ ਹਾਂ ਤੇ ਭਾਈ ਸਾਹਿਬ ਹੋਰਾਂ ਦੀ ਉਹ ਜਿਹੜੀ ਹੈਗੀ ਆ ਵੀਡੀਓ, ਹਰਿੰਦਰ ਸਿੰਘ ਹੋਰਾਂ ਦੇ ਇੰਗਲੈਂਡ ਜਿਹੜਾ ਰੌਲਾ ਪਾਇਆ ਟਕਸਾਲੀਆਂ ਨੇ ਉਹਦੇ ਸੰਬੰਧਿਤ ਵਿੱਚ ਆ, ਉਹਨੂੰ ਦੇਖ ਲੈਂਦੇ, ਜਿੰਨੀ ਕੁ ਸੁਣ ਹੁੰਦੀ ਆਪਾਂ ਸੁਣ ਲਾਂਗੇ, ਤੇ ਜਦੋਂ ਫਿਰ ਆਪਣਾ ਟਾਈਮ ਬਣਿਆ ਤੇ ਆਪਾਂ ਮੁੜ ਕੇ ਜਿਹੜੀ ਗੱਲਬਾਤ ਆ ਪ੍ਰੋਗਰਾਮ ਦੀ ਉਹਨੂੰ ਸ਼ੁਰੂ ਕਰ ਲੈਂਦੇ ਹਾਂ। ਠੀਕ ਹੈ ਜੀ, ਤੇ ਟਾਈਮ 2 ਘੰਟੇ ਲਗਭਗ ਸਾਡੇ ਕੋਲ ਹੋਣਗੇ ਜੀ ਬ੍ਰੇਕ ਤੋਂ ਬਾਅਦ, ਤੇ ਆਪਾਂ ਕੋਸ਼ਿਸ਼ ਕਰ ਲਵਾਂਗੇ ਜਿਹੜੀ ਗੱਲਬਾਤ ਆ ਕਸ਼ਮੀਰ ਸਿੰਘ ਵਾਲੀ, ਅੱਜ ਅਜਮੇਰ ਸਿੰਘ ਨੂੰ ਰਹਿਣ ਦਿੰਦੇ ਹਾਂ, ਐਤਵਾਰ ਫੀ ਕਰ ਲਵਾਂਗੇ ਆਪਾਂ। ਠੀਕ, ਹੈ ਨਾ, ਕਿ ਹੁਣ ਟਕਸਾਲੀਆਂ ਨੇ ਆਪਣੇ ਪਾਸੇ ਨੂੰ ਤੋਰ ਲਿਆ ਸਾਨੂੰ, ਹੈ ਨਾ, ਜਾਣੀ ਉਹ ਗਾਲਾਂ ਜਿਹੜੀਆਂ ਇਹ ਕੱਢ ਰਹੇ ਆ ਉਹ ਮਹਾਨ ਕੋਸ਼ ਕੇ ਸ਼ਬਦ ਕੋਸ਼ ਵਿੱਚ ਮਿਲਣੀਆਂ ਨੀ। ਉਹ ਅੱਜ ਦੇ ਜਿਹੜੇ ਇਹਨਾਂ ਦੇ ਹੈਗੇ ਆ ਮਹਾਂਪੁਰਖ, ਉਹਨਾਂ ਦੇ ਬਾਰੇ ਇਹ ਗੱਲ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ, ਇਹ ਨਵੀਆਂ ਗਾਲਾਂ ਜਿਹੜੀਆਂ ਨਾ, ਹਾਂਜੀ, ਇਹਨਾਂ ਨੇ ਕੱਢੀਆਂ। ਉਹ ਜਿਹੜੇ ਸੂਰਜ ਪ੍ਰਕਾਸ਼ ਦਸਮ ਗ੍ਰੰਥ ਵਿੱਚ ਵੀ ਨਹੀਂ ਇੱਦਾਂ ਦੀ ਹੈਗੀਆਂ? ਨਹੀਂ ਇੰਨੀਆਂ ਇੱਦਾਂ ਦੀਆਂ ਇਹ ਤਾਂ ਪੂਰਾ ਜਾਣੀ ਐਨ ਹੁਣ ਜਾਣੀ ਉਹ ਅਸਲ ਚ ਗਿੱਲ ਨੇ ਉਧਰੋਂ ਵਿਹਲੇ ਕਰ ਦਿੱਤੇ ਆ। ਠੀਕ ਆ ਹਾਂਜੀ, ਤੇ ਬਸ ਹੁਣ ਇੱਦਾਂ ਫਿਰ ਉਦਾਂ ਹੋਣਾ ਨਾ, ਨਵਾਂ ਨਜ਼ਰੀਆ ਬਣਾਇਆ ਪੁਰਾਣਾ ਉਹ ਸੂਰਜ ਪ੍ਰਕਾਸ਼ ਦਸਮ ਗ੍ਰੰਥ ਲੈ ਲੈ ਕੇ ਇਹ ਨਵਾਂ ਨਜ਼ਰੀਆ ਬਣਾਇਆ ਇਹਨਾਂ ਨੇ ਇੱਦਾਂ ਦਾ। ਨਹੀਂ ਠੀਕ ਆ ਜੀ, ਉਹ ਤਾਂ ਹੁਣ ਅਗਲੇ ਨੇ ਵਫ਼ਾਦਾਰੀ ਆ ਜਾਣੀ, ਇੰਨੀ ਜਿੰਨੀ ਮਿਹਨਤ ਕੀਤੀ ਅਗਲਿਆਂ ਨੇ ਗਿੱਲ ਹੋਣਾ ਨੇ, ਉਹਦਾ ਮੁੱਲ ਵੀ ਤਾਂ ਮੋੜਨਾ ਇਹਨਾਂ ਨੇ। ਠੀਕ ਆ, ਆਪਾਂ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲ, ਹੈ ਨਾ।